ਹੈਲੋ ਨਮਸਤੇ ਅਦਾਬ ਤੇ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਦੀਪ ਸਿੱਧੂ ਤੇ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਫੇਵਰੇਟ ਪ੍ਰੋਗਰਾਮ ਕਿਸਮਤ ਦੇ ਰੰਗ। ਸੋ ਦੋਸਤੋ, ਅੱਜ ਅਸੀਂ ਜਿਸ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਲਈ ਮੈਂ ਇੱਕੋ ਹੀ ਗੱਲ ਆਖਾਂਗਾ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਬਿਲਕੁਲ ਜੀ, ਸਮਝ ਹੀ ਗਏ ਹੋਵੋਗੇ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਮਲਦੀਪ ਕਾਮਾ ਜੀ ਦੇ ਨਾਲ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ, ਅਤੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਕਿਸਮਤ ਦੇ ਰੰਗ ਦੇ ਵਿੱਚ ਫਿਰ ਤੋਂ ਸਵਾਗਤ ਕਰਦੇ ਹਾਂ। ਦੋਸਤੋ, ਅੱਜ ਜਿਸ ਪਰਿਵਾਰ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਦੇ ਬਾਰੇ ਅਤੇ ਉਹਨਾਂ ਦੀ ਪਰਸਨੈਲਿਟੀ ਬਾਰੇ ਵੈਸੇ ਤਾਂ ਤੁਸੀਂ ਚੰਗੀ ਤਰ੍ਹਾਂ ਵਾਕਿਫ ਹੋ, ਪਰ ਫਿਰ ਵੀ ਮੈਂ ਇੰਨਾ ਹੀ ਕਹਾਂਗਾ ਕਿ ਹਮ ਵੋ ਦਰਿਆ ਹੈ ਜਿਸੇ ਆਪਣਾ ਹੁਨਰ ਮਾਲੂਮ ਹੈ, ਜਿਸ ਤਰਫ ਵੀ ਮੁੜੇਂਗੇ ਰਾਸਤਾ ਖੁਦ ਬ ਖੁਦ ਹੋ ਜਾਏਗਾ। ਬਿਲਕੁਲ ਜੀ, ਅੱਜ ਅਸੀਂ ਗੱਲ ਕਰ ਰਹੇ ਹਾਂ ਕਮਲਦੀਪ ਕਾਮਾ ਵੀਰ ਜੀ ਦੇ ਨਾਲ। ਵੀਰੇ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਬਿਲਕੁਲ ਜੀ, ਤੇ ਪਿਛਲੇ ਸਟਰਗਲ ਦੇ ਬਾਰੇ, ਕਿਹੜੇ ਕਿਹੜੇ ਔਕੜਾਂ ਦੇ ਕਾਰਨ ਤੁਸੀਂ ਇਸ ਮੰਜ਼ਿਲ ਤੱਕ ਪਹੁੰਚੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਬਚਪਨ ਤੇ ਤੁਹਾਡੇ ਪਿਛੋਕੜ ਦੇ ਬਾਰੇ। ਹਾਂਜੀ ਬਿਲਕੁਲ ਜੀ, ਮੇਰਾ ਜਿਹੜਾ ਬਚਪਨ, ਮੇਰੇ ਪਿੰਡ ਕਾਮਾ, ਜਿਹੜਾ ਬਿਲਕੁਲ ਸ਼ਹੀਦ ਭਗਤ ਸਿੰਘ ਦਾ ਪਿੰਡ ਖਟਕਣ ਗਲਾਂ ਦੇ ਬਿਲਕੁਲ 1 ਕਿਲੋਮੀਟਰ ਦੇ ਹੈਗਾ ਪਿੰਡ ਕਾਮਾ। ਉੱਥੇ ਜ਼ਿੰਦਗੀ ਦੇ 27 ਸਾਲ ਉੱਥੇ ਕੱਢੇ ਨੇ, ਅਤੇ ਬਚਪਨ ਦੀ ਜਿਹੜੀ ਸਟੱਡੀ ਆ, ਸਾਰੀ ਪੜ੍ਹਾਈ ਆ 10 ਪਲੱਸ 2 ਤੱਕ, ਉਹ ਮੈਂ ਆਪਣੇ ਪਿੰਡ ਤੋਂ ਹੀ ਹਾਸਿਲ ਕੀਤੀ ਹੈ ਜੀ। ਅਤੇ ਬਾਕੀ ਜਿਹੜੀਆਂ ਜੋ ਉਤਰਾਅ ਚੜ੍ਹਾਅ ਸਾਰੇ ਮੈਂ ਉੱਥੇ ਹੀ ਦੇਖੇ ਆ। ਬਿਲਕੁਲ ਜੀ, ਪਰ ਜਦੋਂ ਤੁਸੀਂ ਆਸਟ੍ਰੇਲੀਆ ਆਏ ਮੈਨੂੰ ਲੱਗਿਆ ਕਿ ਜਸਟ ਅਸੀਂ ਤੁਹਾਨੂੰ ਆਸਟ੍ਰੇਲੀਆ ਹੀ ਦੇਖਦੇ ਆ ਰਹੇ ਹਾਂ, ਪਰ ਕਿਹੜੇ ਸਾਲ ਦੇ ਵਿੱਚ ਤੁਸੀਂ ਜਿਹੜਾ ਆਸਟ੍ਰੇਲੀਆ ਅਰਾਈਵ ਹੋਏ ਸੀਗੇ? ਹਾਂਜੀ, ਅਸੀਂ 2007 2 ਫਰਵਰੀ ਆਸਟ੍ਰੇਲੀਆ ਅਸੀਂ ਆਏ ਸੀ, ਮੈਂ ਅਤੇ ਮੇਰੇ ਮਿਸਿਸ ਕੁਲਦੀਪ ਕੌਰ ਜੀ। ਸੋ ਉਸ ਤੋਂ ਬਾਅਦ ਆਈ ਥਿੰਕ 10 ਸਾਲ ਹੋ ਗਏ ਸਾਨੂੰ। ਦਿਲ ਤੇ ਪੱਥਰ ਹੀ ਰੱਖਿਆ ਹੁੰਦਾ ਹੈਗਾ, ਉਹ ਦਿਲ ਤੇ ਪੱਥਰ ਰੱਖ ਕੇ ਤੁਸੀਂ ਇਹਨਾਂ ਨੂੰ ਤੋਰਿਆ। ਬਚਪਨ ਕਿੱਦਾਂ ਦਾ ਸੀ ਤੇ ਉਹ ਸਮਾਂ ਕਿੱਦਾਂ ਦਾ ਸੀ, ਮੈਂ ਜਰੂਰ ਜਾਨਣਾ ਚਾਹੂੰਗਾ। ਬਚਪਨ ਦੇ ਸ਼ੌਕ ਸੀਗੇ ਜਿੱਦਾਂ ਜਿਮ ਜਾਣਾ, ਫਿਰ ਚੋਰੀ ਚੱਲ ਜਾਣਾ। ਓਕੇ ਜੀ, ਸਰੀਰ ਦਾ ਮਾੜਾ ਹੀ ਸੀਗਾ ਤੇ ਆਪਣੇ ਡੈਡੀ ਨੇ ਦੱਸਣਾ ਚੋਰੀ ਚੋਰੀ ਉੱਧਰ ਜਿਮ ਚੱਲ ਜਾਣਾ ਜੀ। ਉਹਨਾਂ ਨੇ ਕਹਿਣਾ ਵੀ ਤੂੰ ਕਿਉਂ, ਬਾਕੀ ਜਦੋਂ ਇੱਥੇ ਆਏ ਆ 3 ਮਹੀਨੇ ਤਾਂ ਮੇਰੇ ਲਈ ਬਹੁਤ ਔਖਾ ਹੋਇਆ। ਜਿੱਦਾਂ ਬਈ ਕੋਈ ਚੀਜ਼ ਅੰਦਰੋਂ ਨਿਕਲ ਕੇ ਚੱਲ ਗਈ, ਮੈਂ ਇਹੀ ਸੋਚਣਾ, ਮਤਲਬ ਬੜਾ ਰੋਣਾ ਬਾਜ ਵੇਲੇ ਅੰਦਰ ਵੜ ਕੇ, ਫਿਰ ਆ ਕੇ ਆਪਣੇ ਆਪ ਨੂੰ ਸਮਝਾਉਣਾ। ਬਿਲਕੁਲ ਜੀ, ਬਹੁਤ ਔਖਾ ਹੋ ਜਾਂਦਾ ਬੱਚੇ ਚੱਲ ਗਏ। ਹਾਂਜੀ, ਬਹੁਤ ਔਖਾ ਲੱਗਾ 3 ਮਹੀਨੇ ਤਾਂ ਮੇਰੇ ਵਾਸਤੇ, ਫਿਰ ਹੌਲੀ ਹੌਲੀ ਥੋੜਾ ਮਨ ਨੂੰ ਸਮਝਾਇਆ। ਬਿਲਕੁਲ ਜੀ, ਬਿਲਕੁਲ, ਬੱਚਿਆਂ ਨੇ ਜਿੱਥੇ ਦਾਣਾ ਪਾਣੀ ਜਾਣਾ ਹੀ ਆ। ਬਿਲਕੁਲ ਜੀ, ਔਰ ਵੀਰੇ ਮੈਂ ਜਾਨਣਾ ਚਾਹੂੰ ਕਿ ਹੁਣ ਤਾਂ ਜਿਹੜੀ ਪ੍ਰਾਪਤੀਆਂ ਦੀ ਲਿਸਟ ਆ ਉਹ ਕਾਫੀ ਲੰਬੀ ਹੋ ਚੁੱਕੀ ਹੈ, ਪਰ ਸਟਰਗਲ ਜਿਹੜਾ ਹੈ ਤੁਸੀਂ ਕਿੱਥੋਂ ਸ਼ੁਰੂ ਕੀਤਾ, ਜਾਂ ਪਹਿਲਾ ਅਚੀਵਮੈਂਟ ਤੁਸੀਂ ਇੱਥੇ ਆ ਕੇ ਆਪਣੇ ਆਪ ਨੂੰ ਕਿਵੇਂ ਪੈਰ ਜਮਾਏ? ਜਿਹੜਾ ਆਪਾਂ ਆਸਟ੍ਰੇਲੀਆ ਦਾ ਸਟਰਗਲ ਕਹਿੰਦੇ ਹਾਂ ਜੀ, ਅਸੀਂ 2007 2 ਫਰਵਰੀ 2007 ਵਿੱਚ ਅਸੀਂ ਦੋਨੋਂ, ਮੈਂ ਅਤੇ ਕੁਲਦੀਪ, ਅਸੀਂ ਇਕੱਠੇ ਆਏ ਸੀਗੇ ਜੀ।
ਤੇ ਬਸ ਪਹਿਲੇ ਦਿਨ ਤੋਂ ਲੈ ਕੇ ਸਟਰਗਲ ਸਟਾਰਟ ਹੋ ਗਿਆ ਸੀਗਾ ਜੀ। ਤੇ ਆਪਾਂ ਸ਼ੇਅਰਿੰਗ ਦੇ ਵਿੱਚ ਮੂਵ ਹੋਏ ਹਾਂ, ਉੱਥੇ ਸਾਨੂੰ ਕਾਫੀ ਔਕੜਾਂ ਆਈਆਂ, ਨਵੇਂ ਨਵੇਂ ਆਏ ਸੀ, ਕੁਛ ਨਹੀਂ ਸੀ ਪਤਾ, ਉਦੋਂ ਹਾਲਾਤ ਇੱਦਾਂ ਦੇ ਸੀਗੇ, ਘਰ ਨਹੀਂ ਸੀ ਮਿਲਦੇ, ਘਰ ਮਿਲਦਾ ਤਾਂ ਉਹ ਇਨਵਾਇਰਮੈਂਟ ਨਹੀਂ ਸੀ ਮਿਲਦਾ, ਅਤੇ ਦੋਨੋਂ ਇੱਕ ਦੂਜੇ ਨੂੰ ਮੋਰਲ ਸਪੋਰਟ ਦਿੰਦੇ ਹੋਏ ਅਸੀਂ ਅੱਗੇ ਵਧੇ ਹਾਂ, ਅਤੇ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ, ਕੰਮ ਦੀ ਬੜੀ ਔਕੜ ਸੀ, ਅਤੇ ਪੜ੍ਹਾਈ ਦੀ ਯੂਨੀ ਜਾਣਾ ਆਉਣਾ, ਫਿਰ ਘਰ ਦੇ ਕੰਮ ਕਰਨੇ, ਫਿਰ ਆਪਣਾ ਸਾਰਾ ਦੇਖਣਾ, ਕੰਮ ਨਹੀਂ ਮਿਲਿਆ, ਇੱਕ ਤਾਂ ਪਹਿਲਾਂ 2-3 ਮਹੀਨੇ ਆ ਕੇ ਇੱਥੇ ਉਹਦੀ ਸਟਰਗਲ ਜ਼ਿਆਦਾ ਸੀ, ਅਤੇ ਫਿਰ ਕੰਮ ਮਿਲਿਆ ਤਾਂ ਉਹ ਲੇਬਰ ਦੇ ਵਿੱਚ ਜਾਂ ਕਲੀਨਿੰਗ ਜਾਂ ਕੁਛ, ਕਾਫੀ ਕੰਮ ਕੀਤੇ ਆ, ਅਖਬਾਰਾਂ ਵੰਡੀਆਂ ਜੀ, ਕਲੀਨਿੰਗ ਕੀਤੀ ਆ, ਪੀਜ਼ਾ ਡਿਲੀਵਰੀ ਕੀਤੀ ਆ, ਮੀਟ ਫੈਕਟਰੀ 'ਚ ਕੰਮ ਕੀਤਾ 5 ਸਾਲ, ਪਰ ਨਾ ਨਹੀਂ ਕੀਤਾ, ਜਿਹੜਾ ਕੰਮ ਮਿਲਿਆ ਆਪਾਂ ਕੀਤਾ, ਅਤੇ ਜਿੰਨੇ ਜੋਗੇ ਸੀ ਉਨੇ ਜੋਗਾ ਕੀਤਾ, ਅਤੇ ਜਦੋਂ ਆਪਣਾ 2011 'ਚ ਮੈਂ ਡਿਸਾਈਡ ਕੀਤਾ ਕਿ ਮੈਂ ਦੁਬਾਰਾ ਬੋਡੀ ਬਿਲਡਿੰਗ ਸਟਾਰਟ ਕਰਾਂ ਜੀ, ਹਾਂਜੀ 2011 'ਚ ਮੈਂ ਜਿੰਮ ਜਦੋਂ ਸਾਡੀ PR ਹੋ ਗਿਆ ਸੀ ਅਤੇ 2 ਬੱਚਿਆਂ ਤੋਂ ਬਾਅਦ ਫਿਰ ਅਸੀਂ ਮੈਂ ਇਹ ਡਿਸੀਜਨ ਲਿਆ ਕਿ ਹੁਣ ਫੈਮਿਲੀ ਕੰਪਲੀਟ ਆ ਅਤੇ ਸੈੱਟ ਵੀ ਆ, ਅਤੇ ਹੁਣ ਜੇ ਇਹ ਸਟੈਪ ਚੁੱਕਿਆ ਜਾਵੇ ਤਾਂ ਆਈ ਥਿੰਕ ਠੀਕ ਹੋਵੇਗਾ। ਬਿਲਕੁਲ ਜੀ। ਅਤੇ 2011 'ਚ ਮੈਂ ਦੁਬਾਰਾ ਬੋਡੀ ਬਿਲਡਿੰਗ ਸਟਾਰਟ ਕੀਤੀ ਜੀ, ਅਤੇ 2012 21 April 2012 'ਚ ਮਿਸਟਰ ਵਿਕਟੋਰੀਆ ਜੀ ਦਾ ਜਿਹੜਾ ਪਹਿਲਾ ਖਿਤਾਬ ਜਿੱਤਿਆ ਜੀ। ਔਰ ਵੀਰੇ ਮੈਂ ਜਾਣਨਾ ਚਾਹੂੰਗਾ ਕਿ ਡਿਸੀਜ਼ਨ ਕਿਹਦਾ ਸੀ ਆਸਟ੍ਰੇਲੀਆ ਆਉਣ ਦਾ ਤੁਹਾਡੇ ਦੋਨਾਂ ਦੇ ਵਿੱਚ, ਔਰ ਰੀਜ਼ਨ ਕੀ ਸੀਗਾ? ਕਿਉਂਕਿ ਇੱਕ ਤਾਂ ਹੁੰਦਾ ਨਾ ਕਿ ਹਰ ਇੱਕ ਬੰਦਾ ਇੱਕ ਮੋਟਿਵ ਜ਼ਰੂਰ ਲੈ ਕੇ ਆਉਂਦਾ ਕਿ ਇਹਨਾਂ ਰੀਜ਼ਨਸ ਕਰਕੇ ਆਪਾਂ ਮੂਵ ਹੋ ਰਹੇ ਹਾਂ, ਐਗਜੈਕਟਲੀ ਕਾਰਨ ਕੀ ਸੀ ਅਤੇ ਡਿਸੀਜ਼ਨ ਕੀ ਨਾਲ? ਡਿਸੀਜ਼ਨ ਜੀ ਹਾਲਾਤਾਂ ਦਾ ਸੀਗਾ, ਟੂ ਬੀ ਵੈਰੀ ਓਨੈਸਟ। ਆਪਾਂ ਜਦੋਂ ਆਪਾਂ ਪਿੰਡ ਛੱਡਦੇ ਹਾਂ, ਆਪਣਾ ਸੂਬਾ ਛੱਡਦੇ ਹਾਂ, ਆਪਣਾ ਦੇਸ਼ ਛੱਡਦੇ ਹਾਂ, ਕਿਸੇ ਦਾ ਵੀ ਦਿਲ ਨਹੀਂ ਕਰਦਾ, ਜੇ ਉੱਥੇ ਸਾਡੀ ਸੈਟਿੰਗ ਹੁੰਦੀ, ਉੱਥੇ ਅਸੀਂ ਵਧੀਆ ਹੁੰਦੇ ਤਾਂ ਖੈਰ ਅਸੀਂ ਉੱਥੇ ਰਹਿ ਲੈਂਦੇ, ਤਾਂ ਬਾਕੀ ਡਿਸੀਜ਼ਨ ਸਾਡਾ ਦੋਨਾਂ ਦਾ ਸਾਂਝਾ ਸੀਗਾ ਜਿਹੜਾ ਅਸੀਂ ਲਿਆ ਸੀਗਾ, ਕਿ ਸਾਡੀ 2006 ਦੇ ਵਿੱਚ ਸਾਡੀ ਮੈਰਿਜ ਹੋਈ ਹੈ, ਅਤੇ ਉਸ ਤੋਂ ਬਾਅਦ ਅਸੀਂ ਉਪਰੰਤ ਡਿਸੀਜ਼ਨ ਲਿਆ ਕਿ ਆਪਾਂ ਆਸਟ੍ਰੇਲੀਆ ਜਾਵਾਂਗੇ, ਅਤੇ ਮੇਰਾ ਵੀ ਅਤੇ ਕੁਲਦੀਪ ਦਾ ਵੀ, ਅਤੇ ਪਰ ਅੱਜ ਲੱਗਦਾ ਕਿ ਸਾਡਾ ਵਧੀਆ ਡਿਸੀਜ਼ਨ ਸੀ। ਬਿਲਕੁਲ ਜੀ ਬਿਲਕੁਲ। ਔਰ ਕਮਲ ਵੀਰ ਮੈਂ ਜਾਣਨਾ ਚਾਹੂੰਗਾ ਐਗਜੈਕਟਲੀ ਸਟੋਰੀ ਕੀ ਸੀਗੀ ਬਿਹਾਈਂਡ, ਅਗਰ ਤੁਸੀਂ ਸ਼ੇਅਰ ਕਰਨਾ ਚਾਹੋ ਤਾਂ ਇੱਥੇ ਆਉਣ ਦੀ। ਐਗਜੈਕਟਲੀ ਸਟੋਰੀ ਇਹੀ ਸੀਗੀ ਜਿੱਦਾਂ ਮੇਰਾ ਉੱਥੇ ਆਪਣਾ ਜਿੰਮ ਦਾ ਕੰਮ ਸੀਗਾ, ਸੇਮ ਇੱਦਾਂ ਜੀ ਸਪਲੀਮੈਂਟ ਦਾ ਸੀਗਾ, ਕੁਲਦੀਪ ਸ਼ੀ ਵਾਜ਼ ਲੈਕਚਰਾਰ, ਇਹ ਉੱਥੇ ਸਾਡਾ SN ਕਾਲਜ ਬੰਗਾ ਉੱਥੇ ਲੈਕਚਰਾਰ ਸੀਗੀ, ਪਰ ਉੱਥੇ ਕੀ ਸੀਗਾ ਕਿ ਕੋਈ ਤੁਹਾਡਾ ਫਿਊਚਰ ਸੇਫ ਨਹੀਂ ਹੈ, ਫਿਊਚਰ ਬਿਲਕੁਲ ਸੇਫ ਨਹੀਂ ਹੈ, ਕੁਛ ਵੀ ਹੋਵੇ ਕਿੱਦਾਂ ਵੀ ਹੋਵੇ ਫਿਊਚਰ ਸੇਫ ਨਹੀਂ ਹੈ, ਅਤੇ ਜਿੰਮ ਦਾ ਕੰਮ ਵੀ ਇੱਦਾਂ ਸੀ, ਫੀਸ ਕਿਸੇ ਨੇ ਦੇ ਦੇਣੀ ਕਿਸੇ ਨੇ ਨਹੀਂ ਦੇਣੀ, ਦੇਖਣ ਨੂੰ ਲੱਗਦਾ ਸੀ ਕਿ ਜਿੰਮ ਹੈ ਪਰ ਇਟ ਵਾਜ਼ ਲਾਈਕ ਨੋਟ ਟੂ ਗੁੱਡ, ਹੈ ਨਾ। ਅਤੇ ਹੁਣ ਹਾਲਾਤ ਗਾਂਹ ਤੋਂ ਗਾਂਹ ਬੱਤਰ ਹੁੰਦੇ ਜਾਣ ਡੇ ਸੀਗੇ, ਮਤਲਬ ਲੱਗਦਾ ਸੀਗਾ ਕਿ ਨਹੀਂ ਇੱਥੇ ਫਿਊਚਰ ਨਹੀਂ ਹੈ, ਅਤੇ ਮੇਰਾ ਇੱਕ ਜਿਹੜਾ ਮੇਨ ਡ੍ਰੀਮ ਸੀਗਾ, ਜਿਹੜੀ ਮੇਰਾ ਆਪਣਾ ਜਿਹੜਾ ਸੀਗਾ, ਮੈਂ ਜਦੋਂ ਬੋਡੀ ਬਿਲਡਿੰਗ ਇੰਡੀਆ 'ਚ ਸਟਾਰਟ ਕੀਤੀ ਸੀ 1999 ਸਟਾਰਟ ਕੀਤੀ ਸੀਗੀ, ਕਾਫੀ ਉੱਚੇ ਮੁਕਾਮ 'ਤੇ ਜਾ ਕੇ ਮੈਂ ਬਹੁਤ ਜ਼ੋਰ ਨਾਲ ਥੱਲੇ ਡਿੱਗਿਆ ਸੀਗਾ, ਉਹਦਾ ਕਾਰਨ ਕੀ ਸੀ, ਮੈਂ ਉੱਥੇ ਜੋਬ ਅਪਲਾਈ ਕੀਤੀ ਸੀ ਪੰਜਾਬ ਪੁਲਿਸ ਦੇ ਜੀ, ਅਤੇ ਆਈ ਵਾਜ਼ ਕੈਪੇਬਲ, ਮੈਂ ਉਸ ਟਾਈਮ ਕੈਪੇਬਲ ਸੀ ਉਸ ਜੋਬ ਲਈ, ਪਰ ਮੈਨੂੰ ਪਿੱਛੇ ਧੱਕ ਕੇ ਜਿਹੜਾ ਬੰਦਾ ਡਿਸਟ੍ਰਿਕਟ ਖੇਡਿਆ ਬੰਦਾ ਨਾ, ਉਹ ਬੰਦਾ ਉਸ ਪੋਜੀਸ਼ਨ 'ਤੇ ਲਾਤਾ ਸੀ, ਅਤੇ ਉਹ ਵੀ ਇੱਕ ਕਾਰਨ ਸੀ ਕਿ ਮੈਨੂੰ ਸੀਗਾ ਕਿ ਜੇ ਮੈਂ ਆਪਣੀ ਰਿਸਪੈਕਟ ਜਾਂ ਆਪਣੀ ਗੇਮ ਦੀ ਰਿਸਪੈਕਟ ਬਣਾਉਣੀ ਆ, ਮੈਨੂੰ ਕਿਸੇ ਨਾ ਕਿਸੇ ਬਾਹਰ ਦੀ ਕੰਟਰੀ 'ਚ ਜਾਣਾ ਹੀ ਪੈਣਾ। ਉਦੋਂ ਸਾਡੇ ਕੋਲ ਅਪਰਚੁਨਿਟੀ ਸੀ ਆਸਟ੍ਰੇਲੀਆ ਦੀ ਕਿ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ੇ ਲੱਗਦੇ ਸੀਗੇ, ਤੋ ਇਹ ਕਰਕੇ ਵੀ ਅਸੀਂ
ਨਿਕਲਿਆ ਆਸਟ੍ਰੇਲੀਆ। ਬਿਲਕੁਲ ਬਿਲਕੁਲ। ਔਰ ਭਾਬੀ ਜੀ ਮੈਂ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਇੱਕ ਕਹਿੰਦੇ ਨੇ ਨਾ ਕਿ ਡਿਸੀਜ਼ਨ ਤੁਹਾਡੇ ਦੋਨਾਂ ਦਾ ਸੀਗਾ, ਪਰ ਕਈ ਵਾਰ ਇਹ ਹੁੰਦਾ ਕਿ ਆਪਾਂ ਸੋਚਦੇ ਹਾਂ ਕਿ ਬੋਡੀ ਬਿਲਡਿੰਗ ਨੂੰ ਜਾਂ ਇਸ ਮੋਟਿਵ ਨੂੰ ਛੱਡ ਕੇ ਅਸੀਂ ਕਿਸੇ ਬਿਜ਼ਨਸ ਦੇ ਵਿੱਚ ਪੜਨੇ ਹਾਂ ਜਾਂ ਉੱਧਰ ਪੁਸ਼ਅਪ ਹੁੰਦੇ ਹਾਂ, ਸ਼ਾਇਦ ਅਸੀਂ ਜ਼ਿਆਦਾ ਅਰਨ ਕਰ ਸਕਦੇ ਹਾਂਗੇ। ਤੁਹਾਨੂੰ ਕਦੇ ਲੱਗਿਆ ਕਿ ਇਸ ਫੀਲਡ ਦੇ ਵਿੱਚ ਇਹਨਾਂ ਨੂੰ ਲੱਗਿਆ ਹੋਵੇ ਕਿ ਨਹੀਂ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਆਪਾਂ ਇਸ ਫੀਲਡ ਦੇ ਵੱਲ ਜਾਂਦੇ ਹਾਂ ਕਿਸੇ ਹੋਰ ਫੀਲਡ ਬਿਜ਼ਨਸ ਵੱਲ? ਨਹੀਂ ਨਹੀਂ, ਜੇ ਫਾਈਨੈਂਸ਼ੀਅਲ ਐਸਪੈਕਟ ਤੋਂ ਦੇਖਿਆ ਜਾਵੇ ਤਾਂ ਕਾਫੀ ਵਧੀਆ ਰਿਹਾ ਸਾਡਾ ਸਭ ਕੁਝ, ਪਰਮਾਤਮਾ ਦੀ ਮਿਹਰ ਨਾਲ। ਮਿਹਨਤ ਵੀ ਬਹੁਤ ਕੀਤੀ ਆ ਅਤੇ ਫਾਈਨੈਂਸ਼ੀਅਲੀ ਵੀ ਫਿਰ ਕੋਈ ਕਮੀ ਨਹੀਂ ਰਹੀ ਅਤੇ ਬਿਜ਼ਨਸ ਗਰੋਅ ਹੋਇਆ। ਇੱਕ ਸਟੋਰ ਤੋਂ ਸ਼ੁਰੂ ਕੀਤਾ, ਅੱਜ ਨੂੰ 3 ਸਟੋਰ ਹੈਗੇ, 24/7 ਜਿੰਮ ਹੈਗਾ, 1-2 ਹੋਰ ਖੋਲ੍ਹਣ ਦੀਆਂ ਪਲਾਨਿੰਗ ਚੱਲਦੀਆਂ ਅਤੇ ਠੀਕ ਆ, ਵਧੀਆ ਆ। ਅਤੇ ਸਗੋਂ ਮੈਂ ਆਪਣੀ ਟੀਚਿੰਗ ਕਰਦੀ ਸੀ, ਮੈਂ ਉਹ ਵੀ ਛੱਡ ਕੇ ਇਹਨਾਂ ਦਾ ਬਿਜ਼ਨਸ ਹੀ ਜੁਆਇਨ ਕਰ। ਹਾਂ, ਮਤਲਬ ਇੱਕ ਦੇਖੋ ਟੀਚਿੰਗ ਲਾਈਫ ਕਹਿ ਸਕਦੇ ਇੱਕ ਅੱਛੀ ਲਾਈਫ ਚੱਲ ਰਹੀ ਸੀ, ਉਸ ਤੋਂ ਬਾਅਦ ਤੁਸੀਂ ਉਹ ਇੰਨਾ ਸਟਰਗਲ ਨਹੀਂ ਸੀ, ਇੱਕ ਸਟਰਗਲ ਵੱਲ ਮੂਵ ਹੋਏ, ਹੈ ਨਾ, ਕਿਉਂਕਿ ਚੈਪਟਰ ਹੀ ਚੇਂਜ ਹੋ ਗਿਆ ਸੀ ਉੱਥੋਂ ਤੇ ਇੱਥੇ ਦਾ। ਉਹ ਟਾਈਮ ਕਿੱਦਾਂ ਦਾ ਰਿਹਾ ਤੁਹਾਡੇ ਉੱਪਰ? ਉਹ ਟਾਈਮ ਅਸਲ 'ਚ ਮੈਂ ਬ੍ਰੇਕ ਲਿਆ ਸੀ ਟੀਚਿੰਗ 'ਚ, ਇਹਦੇ ਗੁੜੀਆ ਦੇ ਹੋਣ ਤੋਂ ਬਾਅਦ ਤੱਕ ਕਰਦੀ ਰਹੀ ਹਾਂ, ਜਦੋਂ ਬੇਟਾ ਹੋਇਆ ਉਸ ਤੋਂ ਬਾਅਦ ਮੈਂ ਬ੍ਰੇਕ ਲਿਆ ਸੀ। ਸੋ ਵੈਨ ਆਈ ਵਾਜ਼ ਰੈਡੀ ਟੂ ਰੀਸਟਾਰਟ ਮਾਈ ਜੋਬ ਅਗੇਨ, ਐਂਡ ਦੈਟ ਟਾਈਮ ਹੀ ਓਪਨਡ ਹਿਸ ਓਨ ਬਿਜ਼ਨੈਸਿਸ, ਐਂਡ ਦੈਨ ਹੀ ਵਾਂਟਡ ਮੀ ਟੂ ਹੈਲਪ ਮੀ ਵਿਦ ਆਲ ਦਾ ਪੇਪਰ ਵਰਕ ਐਂਡ ਥਿੰਗ। ਮੈਂ ਕਿਹਾ ਚਲੋ ਠੀਕ ਹੈ, ਅਤੇ ਜੋਬ ਲਈ ਵੀ ਮੈਨੂੰ ਥੋੜ੍ਹਾ ਪ੍ਰੋਫੈਸ਼ਨਲ ਉਹਦੀ ਡਿਵੈਲਪਮੈਂਟ ਵਗੈਰਾ ਕਰਨੀ ਪੈਣੀ ਸੀ, ਤਾਂ ਮੈਂ ਕਿਹਾ ਕਿ ਓਕੇ ਆਈ ਸ਼ੁੱਡ ਜੁਆਇਨ ਯੂ। ਬਿਲਕੁਲ ਜੀ, ਉਹ ਇਹੋ ਜਿਹਾ ਜੁਆਇਨ ਕੀਤਾ ਕਿ ਹਜੇ ਤੱਕ ਤਾਂ ਨਿਕਲ ਨਹੀਂ ਹੋਇਆ। ਬਿਲਕੁਲ ਜੀ, ਬਿਲਕੁਲ। ਸੋ ਦੋਸਤੋ, ਗੱਲਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰੱਖਾਂਗੇ, ਮਿਲਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਕਿਸਮਤ ਦੇ ਰੰਗ ਦੇ ਵਿੱਚ, ਅਤੇ ਇਸੇ ਹੀ ਤਰ੍ਹਾਂ ਗੱਲਬਾਤ ਨੂੰ ਰੱਖਦੇ ਹਾਂ ਜਾਰੀ। ਕਮਲ ਜੀ, ਮੈਂ ਸਭ ਤੋਂ ਪਹਿਲਾਂ ਜਿੱਦਾਂ ਕਿ ਅਸੀਂ ਜਾਣਿਆ ਤੁਹਾਡੇ ਬੈਕਗਰਾਊਂਡ ਦੇ ਬਾਰੇ, ਅਤੇ ਮੈਂ ਜਾਣਨਾ ਚਾਹੂੰਗਾ ਕਿ ਵੱਖਰਾ ਜਿਹਾ ਸ਼ੌਂਕ ਲੱਗਿਆ ਮੈਨੂੰ, ਹੈ ਨਾ, ਕਿ ਬੋਡੀ ਬਿਲਡਿੰਗ ਦੇ ਵੱਲ। ਬਹੁਤ ਯੂਨੀਕ ਲੋਕਾਂ ਦੇ ਵਿੱਚ ਇਹ ਟੈਲੈਂਟ ਹੁੰਦਾ ਜਾਂ ਇੱਦਾਂ ਦਾ ਸ਼ੌਂਕ ਰੱਖਦੇ ਆ, ਕਿਉਂਕਿ ਹਰ ਇੱਕ ਬੰਦੇ ਦਾ ਮੋਟਿਵ ਕੁਛ ਹੋਰ ਹੁੰਦਾ। ਮੈਂ ਜਾਣਨਾ ਚਾਹੂੰਗਾ ਕਿ ਸ਼ੁਰੂ ਤੋਂ ਲੈ ਕੇ ਕਿਸ ਵੇ ਨਾਲ ਜਿਹੜਾ ਤੁਹਾਡਾ ਸ਼ੌਂਕ ਜਿਹੜਾ ਉਜਾਗਰ ਹੋਇਆ ਸੀ? ਹਾਂਜੀ ਬਿਲਕੁਲ ਜੀ, ਬੋਡੀ ਬਿਲਡਿੰਗ ਦਾ ਜਿਹੜਾ ਸ਼ੌਂਕ ਸੀਗਾ, ਮੈਨੂੰ ਤਾਂ ਬੋਡੀ ਬਿਲਡਿੰਗ ਦਾ ਉਡਾੜਾ ਵੀ ਨਹੀਂ ਸੀ ਆਉਂਦਾ, ਵੀ ਮੈਂ ਤੁਹਾਨੂੰ ਕਹਾਂ ਜੀ, ਪਲੱਸ 1 ਪਲੱਸ 2 ਦੇ ਵਿੱਚ ਮੈਨੂੰ ਇਹਦਾ ਕੁਛ ਨਹੀਂ ਸੀ ਪਤਾ ਜੀ, ਕਿਉਂਕਿ ਅਸੀਂ ਜਿਹੜਾ ਆਪਣਾ ਆਪਣੀ ਅਸੀਂ ਜਿਹੜੇ ਜਿਹੜਾ ਮੁੱਢਲਾ ਆਪਣਾ ਟਾਈਮ ਹੈ ਉਹ ਸਾਰਾ ਪਿੰਡ 'ਚ ਨਿਕਾਇਆ ਜੀ, ਪਿੰਡ 'ਚੋਂ ਬਾਹਰ ਅਸੀਂ ਬਹੁਤਾ ਗਏ ਨਹੀਂ ਕਦੇ ਜੀ, ਅਤੇ ਪੜ੍ਹਾਈ ਵੀ ਪਿੰਡ 'ਚ ਕੀਤੀ ਹੈ ਜੀ, ਅਤੇ ਜਿਹੜਾ ਬੋਡੀ ਬਿਲਡਿੰਗ ਜਿਹੜਾ ਮੈਂ ਇਸ ਇੱਧਰ ਨੂੰ ਆਪਣਾ ਜਿਹੜਾ ਆਪਣੀ ਵਰਜਿਸ਼ ਵੱਲ ਨੂੰ ਜਿਹੜਾ ਮੇਰਾ ਮੋੜ ਮੁੜਿਆ, ਮੇਰਾ ਸਰੀਰ ਜਿੱਦਾਂ ਬਹੁਤ ਮਾੜਾ ਸੀਗਾ, ਜੇ ਅਸੀਂ ਪਲੱਸ 2 ਦੀ ਮੈਂ ਗੱਲ ਕਰਦਾ ਜੀ, 1996 ਦੀ ਜੀ, ਅਤੇ ਮੇਰੇ ਕੋਲ 39 ਕਿਲੋ ਭਾਰ ਸੀਗਾ ਜੀ, 39 ਕਿਲੋ ਭਾਰ ਸੇਮ ਹਾਈਟ, ਅਤੇ 5 ਫੁੱਟ 8.5 ਦਾ ਬੰਦਾ, ਅਤੇ 39 ਕਿਲੋ ਭਾਰ ਮਤਲਬ ਇੱਕ ਲਾਈਕ ਮਰੀਜ਼ ਬੰਦਾ, ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਮਰੀਜ਼ ਬੰਦਾ ਹੁੰਦਾ, ਅਤੇ ਮੇਰਾ ਇੱਕ ਮੇਰੇ ਪਰਮਾਨੈਂਟ ਕੁੱਬ ਪੈ ਗਿਆ ਸੀਗਾ, ਮੇਰੇ ਬੋਡੀ ਦੇ ਵਿੱਚ ਕੁੱਬ ਪਿਆ ਹੋਇਆ ਸੀਗਾ, ਜਿੱਦਾਂ ਮਤਲਬ ਮੈਂ ਝੁੱਕ ਕੇ ਤੁਰਦਾ ਸੀਗਾ, ਕਾਰਨ ਕਿ ਉਹ ਵਜਨ ਨਹੀਂ ਸੀਗਾ, ਸਿਰਫ ਹੱਡੀਆਂ ਦਾ ਇੱਕ ਢਾਂਚਾ ਕਹਿ ਲਓ ਜੀ, ਅਤੇ ਇਹ ਜਿਹੜਾ ਬੋਡੀ ਬਿਲਡਿੰਗ ਜੋ ਹੈ, ਮੇਰੇ ਖਾਸ ਯਾਰ ਦੋਸਤ ਮੇਰੇ ਆਪਣੇ ਉਹਨਾਂ ਦੇ ਤਾਨਿਆਂ ਕਰਕੇ, ਜਿੱਥੇ ਵੀ ਕਿਤੇ ਉਹ ਖੜਨਾ ਜਦੋਂ ਕਲਾਸ 'ਚ ਬਹਿਣਾ ਜਾਂ ਉੱਠਣਾ ਜਾਂ ਕਿਤੇ ਯਾਰਾਂ ਦੋਸਤਾਂ 'ਚ ਬਹਿਣਾ, ਉਹ ਮੁੰਡਿਆਂ ਨੇ ਤਾਨੇ ਮਾਰ ਮਾਰ ਕੇ, ਮਤਲਬ ਤੂੰ ਤਾਂ ਨਾ ਹੀ ਬੈਠਿਆ ਕਰ, ਤੇਰੇ ਤਾਂ ਛਾਤੀ ਦੇ ਨਾਲ ਕਮੀਜ਼ ਨਹੀਂ ਲੱਗਦੀ, ਟੋਰਾਂ ਕੱਢਣ ਦਾ ਕੀ ਫਾਇਦਾ ਜੀ, ਪਾਥੀਆਂ 'ਤੇ ਕੌਣ ਤੁਰਿਆ, ਮਤਲਬ ਇੱਦਾਂ ਦੀਆਂ ਟਿੱਚਰਾਂ। ਅਤੇ ਉਹ ਇੱਦਾਂ ਹੀ ਇੰਸੀਡੈਂਟ ਹੋਇਆ ਕਿ ਕਿਤੇ ਖੜ੍ਹੇ ਹਾਂ ਅਸੀਂ, ਅਤੇ ਕਲਾਸ ਲੱਗੀ ਹੋਈ, ਅਸੀਂ ਬਾਹਰ ਖੜ੍ਹੇ ਹਾਂ 4-5 ਮੁੰਡੇ, ਅਤੇ ਇੱਕ ਸਾਡਾ ਯਾਰ ਦੋਸਤ ਹੀ ਆਇਆ ਜੀ, ਉਹਨੇ ਬੜੇ ਮਤਲਬ ਲਾਉਡਲੀ ਉੱਚੀ ਬਾਤ 'ਚ ਕਿਹਾ, ਕਹਿੰਦਾ ਯਾਰ ਤੂੰ ਟੋਰ ਤਾਂ ਇੰਨੀ ਕੱਢ ਕੇ ਨਾ, ਤੇਰੀ ਛਾਤੀ ਨਾ ਕਦੇ ਕਮੀਜ਼ ਲੱਗੀ ਨਹੀਂ ਦੇਖੀ, ਸਾਰੀ ਕਲਾਸ ਮਤਲਬ ਹੱਸਣ ਲੱਗ ਪਈ, 10th ਪਲੱਸ 2 ਦੀ ਗੱਲ।
ਤੇ ਇਟ ਵਾਸ ਮਤਲਬ ਮੇਰੇ ਲਈ ਬਹੁਤ ਐਂਬੈਰਸ ਮੂਵ, ਮੈਨੂੰ ਗੁੱਸਾ ਵੀ ਬਹੁਤ ਚੜਿਆ, ਪਰ ਗੁੱਸਾ ਕਰਕੇ ਮੈਂ ਕਰਦਾ ਵੀ ਕਿ ਉੱਥੇ ਉਹ ਤਗੜੇ ਸੀਗੇ ਮੁੰਡੇ, ਮੈਂ ਤਾਂ ਵੈਸੇ ਹੀ ਮਾੜਾ ਸੀਗਾ ਜੀ। ਤੇ ਉਸ ਤੋਂ ਬਾਅਦ ਮੈਂ ਇਹ ਆਪਣੇ ਮਨ 'ਚ ਹੀ ਸੋਚਿਆ ਨਹੀਂ ਮੈਂ ਕਰਨਾ ਕੁਛ, ਮੈਨੂੰ ਚੀਜ਼ ਮਤਲਬ ਅੰਦਰੋਂ ਅੰਦਰੀ ਖਾਣ ਲੱਗ ਪਈ, ਅੰਦਰੋਂ ਅੰਦਰੀ ਖਾਂਦੀ ਖਾਂਦੀ ਤੇ ਮੈਂ ਇਨਫੋਰਮੇਸ਼ਨ ਲੈਣੀ ਸਟਾਰਟ ਕੀਤੀ ਇੱਧਰ ਉੱਧਰੋਂ ਕਿ ਕਿੱਦਾਂ ਮੈਂ ਭਾਰ ਵਧਾਵਾਂ ਜੀ। ਜਿਹੜੇ ਸਿਆਣੇ ਬਜ਼ੁਰਗ ਉੱਥੇ ਪਿੰਡਾਂ 'ਚ ਦਵਾਈਆਂ ਬਣਾ ਕੇ ਦਿੰਦੇ ਆ, ਮੈਂ ਉਹ ਵੀ ਬਹੁਤ ਖਾਧੀਆਂ, ਮੋਟਾ ਹੋ ਜਾ ਮੈਂ, ਨਹੀਂ ਹੋਇਆ ਕਿਸੇ, ਕੁਛ ਨਹੀਂ ਹੋਇਆ ਜੀ। ਪਿੰਡ 'ਚ ਕਿਸੇ ਦੀ ਹਵੇਲੀ ਅਸੀਂ ਰੱਖਿਆ ਵੇਟ ਉੱਥੇ ਬਾਲਿਆਂ ਦੇ ਉੱਤੇ, ਅਸੀਂ ਰੱਖ ਕੇ ਉਹ ਕਰਦੇ ਕੁਰਦੇ ਰਹੇ, ਕੋਈ ਫਰਕ ਨਹੀਂ ਪਿਆ। ਮੈਨੂੰ ਇੱਕ ਮੁੰਡੇ ਨੇ ਦੱਸਿਆ, ਕਹਿੰਦੇ ਕਹਿੰਦੇ ਨਾਲ ਦੇ ਸ਼ਹਿਰ 'ਚ ਜਿੰਮ ਖੁੱਲਿਆ ਜੀ, ਵੀ ਉਹ ਜਿੰਮ 'ਚ ਮਸ਼ੀਨਾਂ ਇੱਦਾਂ ਦੀਆਂ ਕਿ ਤੁਹਾਡੀ ਬੋਡੀ ਛੇਤੀ ਬਣ ਜਾਂਦੀ। ਮੈਨੂੰ ਲੱਗਾ ਕਿ ਕੋਈ ਮੈਜਿਕ ਹੀ ਹੋਊਗਾ, ਮਤਲਬ ਹੋ ਜਾਂਦਾ ਹੋਊਗਾ। ਬਿਲਕੁਲ, ਮੈਂ ਜਿੰਮ ਗਿਆ, ਜਿੰਮ ਜੁਆਇਨ ਕੀਤਾ ਜੀ, $150 ਮੈਂ ਫੀਸ ਦਿੱਤੀ ਸਰਦਾਰ ਗੁਰਿੰਦਰਜੀਤ ਸਿੰਘ ਬਾਂਸਲ, ਜਿਹੜੇ ਮੇਰੇ ਕੋਚ ਹੈ ਪਹਿਲੇ ਅਤੇ ਲਾਸਟ ਕੋਚ ਉਹੀ ਨੇ। ਅਤੇ ਉੱਥੇ ਮੈਂ ਦੇ ਕੇ ਆਇਆ, ਅਤੇ ਦੇ ਕੇ ਆਇਆ ਤਾਂ ਡੈਡੀ ਉਹਨਾਂ ਨੂੰ ਪਤਾ ਲੱਗਾ ਕਿ ਜਿੰਮ ਆਇਆ ਉਹਨਾਂ ਨੂੰ, ਅਤੇ ਮੇਰੇ ਸਮਾਂ ਕੇ ਹੋਰ ਛੇਤਰ ਫਿਰ ਟੁੱਟਿਆ ਬਹੁਤ, ਕਹਿੰਦੇ ਵੀ ਤੇਰੇ ਤਾਂ ਅੱਗੇ ਕੁਛ ਹੈ ਨਹੀਂ, ਤੂੰ ਉੱਥੇ ਜਾ ਕੇ ਹੋਰ, ਕਿਉਂਕਿ ਆਪਾਂ ਜੇ ਸੋਚੀਏ ਪ੍ਰੈਕਟੀਕਲੀ ਕਿ ਉਸ ਲਾਈਕ ਸਰੀਰ ਦੇ ਨਾਲ ਜਿੰਮ ਜਾਣਾ ਹੈ ਨਾ। ਹਾਂਜੀ, ਹੋਰ ਕਰਾ ਲੂੰਗਾ। ਫਿਰ ਮੇਰੇ ਵੱਡੇ ਬ੍ਰਦਰ ਮੇਰੇ ਅਮਰਜੀਤ ਸਿੰਘ ਕੰਮ ਆ, ਉਹਨਾਂ ਨੇ ਮੇਰਾ ਸਾਥ ਦਿੱਤਾ, ਕਹਿੰਦੇ ਤੂੰ ਐਂ ਕਰਿਆ ਕਰ, ਤੂੰ ਤੇਰੇ ਜਿਹੜਾ 150 ਫੀਸ ਮੈਂ ਦੇ ਦਿਆ ਕਰੂੰਗਾ, ਤੂੰ ਆਪਣੇ ਜਿਹੜੇ ਇੱਥੇ ਘਰ ਕਹਿ ਵੀ ਮੈਂ ਟਿਊਸ਼ਨ 'ਤੇ ਜਾਇਆ ਕਰਨਾ, ਕਿਤਾਬਾਂ ਅੱਡੇ 'ਤੇ ਰੱਖ ਜਾ ਕਰ ਦੁਕਾਨ 'ਤੇ ਕਿਸੇ 'ਤੇ, ਅਤੇ ਆਪ ਉੱਥੋਂ ਕੱਪੜੇ ਆਪਣੇ ਚੁੱਕ ਕੇ ਅਤੇ ਜਿੰਮ 'ਚ ਪੱਗ ਜਾ ਕਰ। ਬਿਲਕੁਲ, ਵੀ ਇੱਦਾਂ ਕਰ ਸਕਦਾ ਮੈਂ ਤੇਰੀ। ਉਸ ਤਰੀਕੇ ਨਾਲ ਅਸੀਂ ਜਿੰਮ ਸਟਾਰਟ ਕਰਿਆ ਜੀ। ਔਰ ਬਾਕੀ ਇੱਕ ਚੈਲੇਂਜਿੰਗ ਸੀ ਹੈ ਨਾ, ਕਿਉਂਕਿ ਇੱਕ ਬੰਦਾ ਸੋਚ ਨਹੀਂ ਸਕਦਾ ਕਿ ਮੈਂ ਪਹਿਲਾਂ ਹੀ ਕਮਜ਼ੋਰ ਹਾਂ ਅਤੇ ਜਿੰਮ ਜਾਣ ਤੋਂ ਬਾਅਦ ਪਤਾ ਨਹੀਂ ਕੀ ਹਾਲ ਹੋਏਗਾ। ਅਤੇ ਚੈਲੇਂਜ ਇੱਥੇ ਖਤਮ ਨਹੀਂ ਹੋਇਆ ਜੀ, ਜਿੰਮ ਦਾ ਮੈਨੂੰ ਹਜੇ ਜਿਹੜੇ ਪਹਿਲਾ ਹਫ਼ਤਾ ਮੇਰਾ ਮਤਲਬ ਇੰਨਾ ਕੁ ਔਖਾ ਸੀਗਾ ਜੀ। ਜੀ, ਮੈਂ ਜਿੱਦਾਂ ਆਪਣੇ 3000 ਦੋਸਤ ਸੀ ਮੇਰੇ, ਅਸੀਂ ਤਿੰਨਾਂ ਨੇ ਇਕੱਠਿਆਂ ਨੇ ਜੁਆਇਨ ਕੀਤਾ ਸੀ। ਮੇਰੇ ਕੋਲ ਉਦੋਂ ਸਕੂਟਰ ਨਹੀਂ ਸੀ ਹੁੰਦਾ, ਸਕੂਟਰ ਦੀ ਫੈਸਿਲਿਟੀ ਨਹੀਂ ਸੀ, ਅਤੇ ਜਿੰਮ ਦੂਰ ਪੈਂਦਾ ਸੀ। ਉਹ ਸਾਡੇ ਇੱਕ ਯਾਰ ਦੋਸਤ ਘਰੋਂ ਤਗੜਾ ਸੀ ਮੁੰਡਾ, ਉਹਦੇ ਕੋਲ ਸਕੂਟਰ ਸੀਗਾ, ਉਹ ਅਸੀਂ ਡਿਸਾਈਡ ਕੀਤਾ ਕਿ ਤਿੰਨੇ ਚੱਲ ਜਾ ਕਰਾਂਗੇ ਸਕੂਟਰ 'ਤੇ। ਉਹ ਮੈਨੂੰ ਇੱਕ ਹਫ਼ਤਾ ਲੈ ਕੇ ਗਏ, ਅਤੇ ਇੱਕ ਹਫ਼ਤੇ ਬਾਅਦ ਉਹ ਮੈਨੂੰ ਲਿਜਾਣਾ ਛੱਡ ਗਏ। ਓਕੇ, ਕਾਰਨ ਕੀ ਸੀ? ਉੱਥੇ ਜਦੋਂ ਮੈਂ ਗਿਆ, ਮੇਰਾ ਸਰੀਰ ਸੀਗਾ ਮਾੜਾ, ਅਤੇ ਮੈਂ 8 ਕਿਲੋ ਦੀ ਜਿਹੜੀ ਇੱਕ ਸਟੈਂਡਰਡ ਇੰਡੀਆ ਦੇ ਸਟੈਂਡਰਡ ਦੀ ਬਾਰਾਂ ਦੀ 8 ਕਿਲੋ ਦੀ ਬਾਰ ਹੁੰਦੀ ਆ, ਉਹ ਮੈਂ ਬੈਂਚ ਪ੍ਰੈਸ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਮੇਰੇ ਕੋਲ ਨਹੀਂ ਚੁੱਕਿਆ ਜਾਂਦਾ ਸਰੀਰ ਮਾੜਾ। ਅਤੇ ਉਹ ਆਲੇ ਦੁਆਲੇ ਜਿੰਨੇ ਜਿੰਮ ਸੀ ਉੱਥੇ ਪੁਰਾਣੇ ਮੈਂਬਰ ਜਿਹੜੇ ਮੁੰਡੇ ਦੀਆਂ ਬੋਡੀਆਂ ਬਣੀਆਂ ਹੋਈਆਂ ਸੀ, ਉਹ ਕਹਿੰਦੇ ਇਹ ਕਿਹੜੀ ਆਈਟਮ ਆ ਗਈ ਹੈ, ਕਿਆ ਬੰਦਾ ਵੇ, ਬਿਲਕੁਲ ਕਾਹਦਾ ਬੰਦਾ, ਇਹਦੇ ਕੋਲ 8 ਕਿਲੋ ਨਹੀਂ ਚੁੱਕਿਆ ਜਾਂਦਾ। ਬਿਲਕੁਲ, ਉਹ ਮੁੰਡੇ ਨੇ ਉਹਨਾਂ ਨੇ ਸ਼ਰਮ ਮਹਿਸੂਸ ਕੀਤੀ ਵੀ ਸਾਡੇ ਨਾਲ ਆਉਂਦਾ, ਸਾਡੀ ਬੇਇੱਜ਼ਤੀ ਹੁੰਦੀ। ਬਿਲਕੁਲ, ਉਹ ਮੈਨੂੰ ਛੱਡ ਗਏ। ਮੈਂ ਫਿਰ ਆਪਣੇ ਭਾਅ ਜੀ ਗੁਰਿੰਦਰਜੀਤ ਸਿੰਘ ਬਾਂਸਲ ਸਾਡੇ ਕੋਲ ਸਾਹਿਬ, ਮੈਂ ਉਹਨਾਂ ਕੋਲ ਦੁਪਹਿਰੇ ਗਿਆ, ਮੈਂ ਕਿਹਾ ਭਾਅ ਜੀ ਮੇਰੀ ਫੀਸ ਮਾਫ਼ ਕਰ, ਫੀਸ ਵਾਪਸ ਕਰ ਦਿਓ, ਮੈਂ ਨਹੀਂ ਆਉਣਾ, ਕਿ ਮੇਰੀ ਤਾਂ ਬੇਇੱਜ਼ਤੀ ਹੁੰਦੀ ਆ। ਮੈਂ ਕੋਈ ਹੋਰ ਸੋਚ ਗਿਆ ਸੀਗਾ, ਪਰ ਇੱਥੇ ਮਾਹੌਲ ਮੈਨੂੰ ਬਿਲਕੁਲ ਹੋਰ ਮਿਲਿਆ। ਬਿਲਕੁਲ, ਭਾਅ ਜੀ ਕਹਿੰਦੇ ਵੀ ਤੂੰ ਐਂ ਨਾ ਕਰ, ਤੂੰ ਇੱਦਾਂ ਕਰ, ਤੂੰ ਜੇ ਤੇਰੇ 'ਚ ਬਣਨ ਦੀ ਕੁਛ ਤਾਂਘ ਹੈਗੀ ਆ, ਬਿਲਕੁਲ ਤੂੰ ਬਣ ਕੇ ਦਿਖਾ। ਤੂੰ ਆ, ਮੈਂ ਤੈਨੂੰ ਚਾਬੀ ਦਿੰਦਾ ਜਿੰਮ ਦੀ, ਤੂੰ ਸਵੇਰੇ ਅਸੀਂ 4:30 ਜਿੰਮ ਖੁੱਲੀ ਦਾ, ਤੂੰ 3:30 ਆ ਜਾ, 1 ਘੰਟੇ ਤੇਰੀ ਐਕਸਰਸਾਈਜ਼ ਲੱਗ ਜਾਣੀ ਆ, 4:30 ਤੂੰ ਨਿਕਲ ਜਾ ਕਰ, ਕਿਸੇ ਦਿਨ ਤੂੰ ਕਿਸੇ ਨੂੰ ਦੱਸ ਨਾ। ਮੈਂ ਸਵੇਰੇ ਭਾਅ ਜੀ ਸਾਈਕਲ 'ਤੇ, ਮੈਂ ਅਤੇ ਇੱਕ ਮੁੰਡਾ ਮੈਂ ਹੋਰ ਲਿਆ, ਮੇਰਾ ਜਿਹੜਾ ਅਸਲੀ ਯਾਰ ਆ ਮੇਰਾ ਸ਼ੁਰੂ ਤੋਂ ਲੈ ਕੇ ਮਤਲਬ ਸਟਾਰਟਿੰਗ ਤੋਂ ਲੈ ਕੇ ਉਹ ਮੇਰੇ ਨਾਲ ਹੀ ਪੜਿਆ ਮੁੰਡਾ, ਹਜੇ ਵੀ ਸਾਡਾ ਬਹੁਤ ਸੋਹਣਾ ਰਿਲੇਸ਼ਨ ਆ, ਬਲਕਾਰ ਸਿੰਘ, ਇੰਡੀਆ ਹੀ ਆ ਮੁੰਡਾ ਉਹ। ਮੈਂ ਉਹਨਾਂ ਕੋਲ ਮੈਂ ਗੱਲਬਾਤ ਕੀਤੀ, ਮੈਂ ਕਿਹਾ ਬਲਕਾਰ ਵੀ ਆਪਾਂ ਸਵੇਰੇ ਜਾ ਕਰਨਾ, ਕਹਿੰਦਾ ਚੱਕਰੇ ਕੋਈ ਨਹੀਂ ਆਪਾਂ ਚੱਲਦੇ। ਸਿਆਲਾਂ ਦੇ ਦਿਨ ਅਸੀਂ ਸਵੇਰੇ 3:30, ਮਤਲਬ ਅਸੀਂ 2:30 ਵਜੇ ਪਿੰਡੋਂ ਤੁਰਦੇ ਸੀਗੇ, 3:30 ਅਸੀਂ ਉੱਥੇ ਪਹੁੰਚਣਾ, ਆਪਣੀ ਐਕਸਰਸਾਈਜ਼ ਲਾਉਣੀ, ਅਸੀਂ 4:30 ਭਾਅ ਜੀ ਨੂੰ ਚਾਬੀ ਦੇ ਕੇ ਅਸੀਂ ਵਾਪਸ ਆ ਜਾਣਾ।
ਉਹ ਮੁੰਡਿਆਂ ਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਪਹਿਲਾਂ ਕੰਪੀਟੀਸ਼ਨ ਕੀਤਾ ਸੀ, ਕਿਸੇ ਨੂੰ ਨਹੀਂ ਪਤਾ ਵੀ ਬੰਦਾ ਆਉਂਦਾ ਜਾਂ ਨਹੀਂ ਆਉਂਦਾ। ਮਤਲਬ ਸੋਚਣ 'ਤੇ ਵੀ ਐਂ ਲੱਗਦਾ ਕਿ ਸਰਦੀਆਂ ਦੇ ਵਜੇ 2:30 ਉੱਠ ਕੇ ਹੈ ਨਾ ਜਾਣਾ ਬਹੁਤ ਔਖਾ, ਔਰ ਉੱਪਰੋਂ ਲਾਈਕ ਸ਼ਹਿਰ ਜਾਣਾ ਹੈ ਨਾ ਬਿਨਾਂ ਕਿਸੇ ਫੈਸਿਲਿਟੀ, ਬਹੁਤ ਔਖਾ ਭਾਜੀ। ਨਾ ਸਾਡੇ ਕੋਲ ਖੁਰਾਕ ਸੀ, ਨਾ ਸਾਡੇ ਕੋਲ ਸਾਧਨ ਸੀਗੇ, ਨਾ ਸਾਡੇ ਕੋਲ ਕੋਈ ਸਰੀਰ ਸੀ, ਨਾ ਸਾਡੇ ਕੋਈ ਗੋਲ ਸੀਗਾ। ਬਿਲਕੁਲ, ਇੱਕ ਸੀ ਜਨੂਨ। ਦੱਸੋ, ਅਸੀਂ ਜਦੋਂ ਪਿੰਡੋਂ ਨਿਕਲਦੇ ਸੀ ਮੇਨ ਸੜਕ ਤੋਂ ਜਾਂਦੇ ਸੀ, ਬਹੁਤ ਵਾਰ ਰਾਹ 'ਚ ਡਿੱਗੇ ਹਾਂ, ਬਹੁਤ ਵਾਰ ਕੁੱਤੇ ਸਾਡੇ ਪਿੱਛੇ ਪਏ ਆ, ਬਹੁਤ ਵਾਰ ਮਤਲਬ ਸਾਡੇ ਕੋਲ, ਕਿਉਂਕਿ ਹਨੇਰਾ ਹੁੰਦਾ ਸੀ, ਬਿਲਕੁਲ ਉੱਥੇ ਲਾਈਟਾਂ ਨਹੀਂ ਹੁੰਦੀਆਂ, ਬਿਲਕੁਲ। ਅਤੇ ਜਦੋਂ ਅਸੀਂ ਜਿੰਮ ਕਰਨਾ, ਸਾਡੇ ਕੋਲ ਇੰਨੀ ਹਿੰਮਤ ਨਹੀਂ ਹੁੰਦੀ ਸੀ ਕਿਉਂਕਿ ਖੁਰਾਕ ਨਹੀਂ ਸੀ ਪਿੱਛੇ, ਸਾਡੇ ਕੋਲ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਅਸੀਂ ਸਾਈਕਲ ਚਲਾ ਕੇ ਪਿੰਡ ਵਾਪਸ ਆਏ। ਬਿਲਕੁਲ, ਅਸੀਂ ਟਰਾਲੀਆਂ ਦੇ ਪਿੱਛੇ ਗੰਨੇ ਫੜ ਫੜ ਕੇ, ਸੰਗਲ ਫੜ ਫੜ ਕੇ ਪਿੰਡ ਤੱਕ ਆਈਦਾ ਸੀਗਾ। ਬਿਲਕੁਲ, ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਫਸਟ ਕੰਪੀਟੀਸ਼ਨ ਜਿਹੜਾ ਲੜਿਆ ਸੀ ਉਹ ਪੰਜਾਬ ਦੇ ਵਿੱਚ ਹੀ? ਹਾਂਜੀ, ਪਹਿਲਾ ਕੰਪੀਟੀਸ਼ਨ ਸੀ ਮੇਰਾ ਡਿਸਟ੍ਰਿਕਟ ਨਵਾਂਸ਼ਹਿਰ ਦਾ, ਮਿਸਟਰ ਨਵਾਂਸ਼ਹਿਰ ਕੀਤਾ ਸੀਗਾ। 6 ਮਹੀਨੇ ਬਾਅਦ ਭਾਜੀ ਨੇ ਮੈਨੂੰ ਕਿਹਾ, ਕਹਿੰਦੇ ਤੇਰੀ ਬੋਡੀ 'ਚ ਨਿਖਾਰ ਆ ਰਿਹਾ, ਤੇਰੇ ਮਸਲ ਗਰੋ ਹੋ ਰਹੇ ਆ, ਸਾਈਜ਼ ਨਹੀਂ ਆ ਤੇਰਾ ਪਰ ਤੇਰੇ ਮਸਲ ਬਣ ਰਹੇ ਆ, ਤੂੰ ਮਸਲ ਦੇ ਵਿਹਾਵ 'ਤੇ, ਮਸਲ ਦੇ ਦਮ 'ਤੇ ਤੂੰ ਪਲੇਸ ਲੈ ਸਕਦਾ, ਮੈਂ ਦੇਖ ਰਿਹਾ ਤੇਰੇ 'ਚ ਇੱਕ ਵਧੀਆ ਅਥਲੀਟ ਤਿਆਰ ਹੁੰਦਾ। ਪਹਿਲਾਂ ਤਾਂ ਮੈਂ ਭਾਜੀ ਨੂੰ ਕਿਹਾ, ਮੈਂ ਕਿਹਾ ਭਾਜੀ ਪਹਿਲਾਂ ਤਾਂ ਲੋਕ ਮਜ਼ਾਕ ਕਰਦੇ, ਹੁਣ ਤੁਸੀਂ ਮਜ਼ਾਕ ਕਰੋ। ਐਨੀਵੇ, ਮੈਂ ਪਹਿਲਾ ਕੰਪੀਟੀਸ਼ਨ ਕੀਤਾ, ਸਟਿਲ ਰਿਮੈਂਬਰ ਕਿ ਮੈਂ ਪਹਿਲਾ ਕੰਪੀਟੀਸ਼ਨ 1999 ਦੇ ਵਿੱਚ ਕੀਤਾ ਸੀਗਾ ਜੀ, ਜੀ ਸੋਰੀ 1998 ਦੇ ਵਿੱਚ ਜੀ। ਉਹਦੇ ਵਿੱਚ ਮੇਰੀ 7ਵੀਂ ਪਲੇਸ ਪਈ ਸੀ, 49 ਮੁੰਡੇ ਸੀ ਉਹਦੇ ਵਿੱਚ, ਵੈਸੇ ਕਾਇਦੇ ਨਾਲ 6 ਪਲੇਸਾਂ ਕੱਢਦੇ ਆ, ਪਰ ਜਿਹੜਾ ਮੁੰਡੇ ਦੀ 6ਵੀਂ ਪਲੇਸ ਪਈ ਸੀ ਮੇਰੀ, ਉਹਨਾਂ ਫਾਈਟ ਸੀ ਅਤੇ ਇਟ ਮੀਨਸ ਮੇਰੀ 7ਵੀਂ ਪਲੇਸ ਪਈ ਸੀਗੀ ਜੀ ਉਹਦੇ ਵਿੱਚ। ਹਾਂਜੀ, ਪਰ ਫਿਰ ਵੀ ਇੱਕ ਅੱਛੀ ਪੋਜੀਸ਼ਨ ਸੀ, ਕਿਉਂਕਿ ਜਿੱਥੇ ਇਹ ਸੋਚਣਾ ਕਿ ਜਿੰਮ ਜਾਣਾ ਵੀ ਇੱਕ ਡਿਫੀਕਲਟ ਹੈ ਨਾ ਇਸ ਸਰੀਰ ਦੇ ਨਾਲ, ਔਰ ਕੰਪੀਟੀਸ਼ਨ ਲੜਨਾ ਅਤੇ ਇੰਨੇ ਜਿਹੜੇ ਪਾਰਟੀਸਪੈਂਟ ਉਹਦੇ ਵਿੱਚੋਂ ਜਿਹੜਾ 7th ਪੋਜੀਸ਼ਨ ਇਸ ਰੀਅਲੀ ਲਾਈਕ ਹੈ ਨਾ ਕਿ ਕੁਛ ਨਾ ਕੁਛ ਟਰੈਕ ਫੜ ਰਹੇ ਸੀ ਐਗਜੈਕਟਲੀ ਤੁਸੀਂ। ਹੁਣ ਉਹੀ ਤਾਂ ਗੱਲ ਹੈ ਜੀ, ਜਦੋਂ ਹੁਣ ਅਸੀਂ ਟ੍ਰੇਨਿੰਗ ਕਰਦੇ ਸੀ, ਅਸੀਂ ਟ੍ਰੇਨਿੰਗ ਸਟਾਰਟ ਕਰੀ ਆ, ਘਰ ਦੇ ਹਾਲਾਤ ਠੀਕ ਨਹੀਂ ਸੀ, ਇੱਕ ਘਰੋਂ ਚੋਰੀ ਜਾਂਦਾ ਸੀਗਾ ਮੈਂ, ਬਿਲਕੁਲ ਪਤਾ ਨਹੀਂ ਸੀ ਕੁਛ, ਠੀਕ ਹੈ ਜੀ। ਬਲਕਾਰ ਵੀ ਉਹ ਵੀ ਮੇਰੇ ਵਰਗਾ ਹੀ ਸੀਗਾ, ਉਹਦੇ ਵੀ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਸੀਗੇ। ਅਸੀਂ ਜਿੰਮ ਜਦੋਂ ਵਰਜਿਸ਼ ਕਰਨੀ ਸੀ, ਵਰਜਿਸ਼ ਕਰਕੇ ਨਿਕਲਣਾ ਅਤੇ ਮੁੰਡੇ ਪ੍ਰੋਟੀਨ ਸ਼ੇਕ ਪੀਂਦੇ ਹੁੰਦੇ ਸੀਗੇ, ਕੇਲਿਆਂ ਦੀਆਂ ਦੁਕਾਨ ਰੇਹੜੀਆਂ 'ਤੇ ਖੜ੍ਹ ਕੇ ਉਹਨੇ ਕੇਲੇ ਖਾਣੇ, ਪ੍ਰੋਟੀਨ ਸ਼ੇਕ, ਆਹੀਂ ਪਾਣੀ, ਅਸੀਂ ਪਾਣੀ ਦੋਨੋਂ, ਮੈਂ ਬਲਕਾਰ ਨਹੀਂ ਕਹਿਣਾ, ਚੱਲ ਯਾਰ ਪ੍ਰੋਟੀਨ ਸਮਝ ਕੇ ਪੀ ਜਾ, ਕੋਈ ਚੱਕਰ ਨਹੀਂ। ਅਤੇ ਮਤਲਬ ਹਾਲਾਤ ਥੋੜ੍ਹੇ ਇੱਦਾਂ ਦੇ ਸੀਗੇ, ਪਰ ਸਾਡੇ 'ਚ ਜਨੂੰਨ ਸੀਗਾ। ਬਿਲਕੁਲ, ਔਰ ਫਸਟ ਕੰਪੀਟੀਸ਼ਨ ਤੋਂ ਬਾਅਦ ਇੱਕ ਟਰਨਿੰਗ ਪੁਆਇੰਟ ਲੱਗਿਆ ਕਿ ਐਗਜੈਕਟਲੀ ਹੁਣ ਆਪਾਂ ਕੁਛ ਕਰ ਸਕਦੇ ਹਾਂ, ਹੈ ਨਾ? ਅਤੇ ਉਸ ਤੋਂ ਬਾਅਦ ਫਿਰ ਨੈਕਸਟ ਜਿਹੜਾ ਸਟੈਪ ਅਪ ਉਹ ਕਿੱਦਾਂ ਜਾਂ ਕੀ ਸੀ ਵੀਰੇ? ਬਿਲਕੁਲ ਜੀ, ਜਿਹੜਾ ਫਸਟ ਕੰਪੀਟੀਸ਼ਨ ਸੀਗਾ ਮੇਰਾ, ਉਹ ਵੀ ਬਹੁਤ ਅਹਿਮੀਅਤ ਰੱਖਦਾ ਮੈਨੂੰ, ਜਿਹੜਾ ਮੈਂ ਮੰਨਦਾ ਮੈਨੂੰ ਇੱਥੇ ਤੱਕ, ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡੇ ਮੁਕਾਮ 'ਤੇ ਆ ਗਿਆ, ਪਰ ਜਿੱਥੇ ਤੱਕ ਮੈਂ ਹੈਗਾ ਮੈਨੂੰ ਇੱਥੇ ਤੱਕ ਮੇਰੇ ਇੱਕ ਜਿਹੜੇ ਤਾਨੇ ਵੱਜਦੇ ਆਏ ਹੈ ਨਾ, ਉਹੀ ਲੈ ਕੇ ਆਏ ਆ। ਬਿਲਕੁਲ, ਹੋਰ ਕੁਛ ਨਹੀਂ ਇਹਦੇ ਪਿੱਛੇ ਜੇ ਦੇਖਿਆ ਜਾਵੇ। ਉਹਨਾਂ ਨੇ ਮੈਨੂੰ ਪੁੱਛ ਕੀਤਾ, ਜਦੋਂ ਮੇਰੀ ਉੱਥੇ 7ਵੀਂ ਪਲੇਸ ਪਈ, ਅਸੀਂ ਬਾਅਦ 'ਚੋਂ ਆਪਣੀ ਰਿਫਰੈਸ਼ਮੈਂਟ ਲੈਣ ਗਏ ਕੰਟੀਨ ਦੇ ਵਿੱਚ, ਸਾਡੇ ਜਿੰਮ ਦਾ ਇੱਕ ਮੁੰਡਾ, ਉਹਦੀ 3rd ਪਲੇਸ ਪਈ ਆ, ਉਹਨੇ ਮੈਨੂੰ ਪੁੱਛਿਆ ਤੇਰੀ 9ਵੀਂ ਪਲੇਸ ਪਈ, ਮੈਂ ਕਿਹਾ ਯਾਰ ਪਲੇਸ ਤਾਂ ਨਹੀਂ ਪਈ, ਮੈਂ ਕਿਹਾ ਮੈਨੂੰ ਲੱਗਦਾ ਕਿ 7ਵਾਂ ਨੰਬਰ ਆ, ਇੱਦਾਂ ਇੱਦਾਂ ਹੋ ਜਾ। ਕਹਿੰਦਾ 4 ਸਾਲ ਤੱਕ ਆ ਰਿਹਾ ਹਜੇ, ਮੈਨੂੰ ਕਹਿੰਦਾ ਕਿ ਨਾ ਤੇਰਾ ਸਰੀਰ ਹੈ, ਨਾ ਤੇਰੀ ਸ਼ਕਲ ਹੈ, ਨਾ ਤੇਰੀ ਅਕਲ ਹੈ, ਕਹਿੰਦਾ ਮੈਨੂੰ ਸਿੱਧੇ ਮੇਰੇ ਮੂੰਹ 'ਤੇ ਕਿਹਾ। ਮੈਂ ਤਾਂ ਬਲਕਾਰ ਬੈਠਿਆ ਸੀ, ਫਿਰ ਚੁੱਪ ਸੀ, ਹੁਣ ਕਿਆ ਕਰੀਏ, ਸੀਨੀਅਰ ਬੰਦਾ ਨਾ, ਅਸੀਂ ਨਹੀਂ ਬੋਲੇ। ਪਰ ਉਹ ਤੋਂ 3 ਮਹੀਨੇ ਬਾਅਦ ਇੱਕ ਹੋਰ ਕੰਪੀਟੀਸ਼ਨ ਹੋਇਆ, ਮੈਂ ਭਾਅ ਜੀ ਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਬਹੁਤ ਤੁਸੀਂ ਮੇਰੀ ਹੈਲਪ ਕੀਤੀ, ਮੈਨੂੰ ਸਟੇਜ 'ਤੇ ਚੜਾਇਆ, ਮੈਨੂੰ ਵਧੀਆ ਲੱਗਿਆ। ਮੈਂ ਕਿਹਾ ਮੇਰੇ 'ਚ ਜਨੂੰਨ ਵਧਿਆ ਅਤੇ ਮੈਂ ਇਹਨੂੰ ਗਾਂਹ ਲੈ ਕੇ ਜਾਣਾ ਚਾਹੁੰਦਾ। ਉਹ ਕਹਿੰਦਾ ਵੀ ਤੇਰੀਆਂ ਲੱਤਾਂ ਵੀ ਗਿਆ ਭਾਅ ਜੀ, ਕਹਿੰਦਾ ਵੀ ਲੱਤਾਂ ਦੀ ਟ੍ਰੇਨਿੰਗ ਜ਼ਿਆਦਾ ਕਰ। ਮੈਂ ਲੱਤਾਂ ਦੀ ਟ੍ਰੇਨਿੰਗ ਬਹੁਤ ਸ਼ੁਰੂ ਕਰ ਦਿੱਤੀ। ਉਹ ਤੋਂ 3 ਮਹੀਨੇ ਬਾਅਦ ਸੇਮ ਲੈਵਲ ਦਾ ਇੱਕ ਕੰਪੀਟੀਸ਼ਨ ਹੋਇਆ, ਰਾਦਰ ਕਿ ਉਹਦੇ ਵਿੱਚ ਜ਼ਿਆਦਾ ਕੰਪੈਟੀਟਰ ਸੀਗੇ ਉਹਦੇ ਵਿੱਚ, ਉਹਦੇ ਵਿੱਚ ਮੈਂ ਪਹਿਲੇ 6ਾਂ 'ਚ ਆ ਗਿਆ। ਉਹ ਜਿਹੜੇ ਮੁੰਡੇ ਨੇ ਮੈਨੂੰ ਕਿਹਾ ਸੀ ਉਹ ਵੀ ਪਹਿਲੇ 6ਾਂ ਦੇ ਵਿੱਚ ਸੀ।
ਪਹਿਲੇ ਛੇਆਂ ਤੋਂ ਬਾਅਦ ਫਿਰ ਅਸੀਂ ਟੌਪ 3 ਦੇ ਵਿੱਚ ਆ ਗਏ ਜੀ। ਉਹ ਮੁੰਡਾ ਵੀ ਟੌਪ 3 ਦੇ ਵਿੱਚ ਸੀ। ਮੈਂ ਸਟੇਜ ਤੇ ਉਹਨੂੰ ਕਿਹਾ, ਮੈਂ ਕਿਹਾ ਤੇਰੀ ਫਸਟ ਹੈ, ਆਪ ਅੱਜ ਦੀ ਸੈਕਿੰਡ ਹੈ, ਮੇਰੀ ਥਰਡ ਹੈ। ਮੈਂ ਕਿਹਾ ਮੇਰੀ ਲਾਈਫ ਦਾ ਬਹੁਤ ਵਧੀਆ ਪੜਾਇਆ ਕਿ ਮੈਂ ਇੰਨੇ ਛੋਟੇ ਟਾਈਮ ਦੇ ਵਿੱਚ ਤੇ ਇੰਨੇ ਕੁ ਮਾੜੇ ਸਰੀਰ ਨਾਲ ਮੈਂ ਥਰਡ ਪਲੇਸ ਲੈ ਕੇ ਇੰਨੇ ਵੱਡੇ ਕੰਪੀਟੀਸ਼ਨ ਜੀ। ਉਹ ਕਹਿੰਦਾ ਹਾਂ ਹਾਂ ਠੀਕ ਹੈ ਠੀਕ ਹੈ, ਕਹਿੰਦਾ ਇੱਦਾਂ ਹੀ ਆ। ਅਤੇ ਵੈਸੇ ਜਦੋਂ ਪਲੇਸਾਂ ਕੱਢੀਆਂ ਗਈਆਂ ਤਾਂ ਉਹਦੀ ਥਰਡ, ਦੂਜੇ ਬਾਈ ਦੀ ਸੈਕਿੰਡ ਅਤੇ ਮੇਰੀ ਫਸਟ। ਕਿਆ ਬਾਤ ਹੈ। ਅਤੇ 3 ਮਹੀਨੇ ਬਾਅਦ ਅਤੇ ਮੇਰੇ ਕੋਚ ਸਾਹਿਬ ਬੜੇ ਖੁਸ਼ ਹੋਏ, ਭਾਜੀ ਕਹਿੰਦੇ ਵੀ ਅਨਬਲੀਵੇਬਲ। ਹਾਂਜੀ ਕਹਿੰਦੇ ਤੂੰ, ਮੈਂ ਦੱਸਿਆ ਤੈਨੂੰ, ਤੂੰ ਪੱਟਾਂ ਦੀ ਸਟਾਰਟ ਕਰੀ ਕਿ ਤੇਰਾ ਉਹ ਸਰੀਰ ਵਧੀਆ ਹੋ ਗਿਆ। ਪਰ ਉਹ ਦਿਨ ਗਿਆ, ਉਸ ਤੋਂ ਬਾਅਦ ਡਿਸਟ੍ਰਿਕਟ ਦੇ ਵਿੱਚ ਕਦੇ ਸੈਕਿੰਡ ਪਲੇਸ ਦਾ ਸੈਕਿੰਡ ਪਲੇਸ ਮੈਂ ਫੇਸ ਨਹੀਂ ਕੀਤੀ। ਅਤੇ ਉਸ ਤੋਂ ਬਾਅਦ ਵੱਧਦੇ ਗਏ ਅਤੇ 2001 ਦੇ ਵਿੱਚ ਮੈਂ 2002 ਦੇ ਵਿੱਚ ਮੈਂ ਆਪਣਾ ਜਿਮ ਪਿੰਡ ਕਾਮੇ ਆਪਣਾ ਖੋਲਿਆ ਸੀਗਾ ਜੀ। ਅਤੇ ਜਿਹੜੇ ਉਹ 3 ਮੁੰਡੇ ਮੈਨੂੰ, 2 ਮੁੰਡੇ ਜਿਹੜੇ ਮੇਰੇ ਯਾਰ ਦੋਸਤ ਮੈਨੂੰ ਛੱਡ ਕੇ ਗਏ ਸੀ, ਸਕੂਟਰ 'ਤੇ ਲੈ ਕੇ ਨਹੀਂ ਜਾਂਦੇ ਸੀਗੇ, ਉਹਨਾਂ ਨੇ ਆ ਕੇ ਮੇਰੇ ਕੋਲ 2002 'ਚ ਮੈਂਬਰਸ਼ਿਪ ਲਈ ਸੀ। ਬੜੀ ਇੰਟਰਸਟਿੰਗ ਜਿਹੀ ਗੱਲ ਹੁੰਦੀ ਹੈ ਨਾ, ਔਰ ਕਿਉਂਕਿ ਕਦੇ ਉਹ ਟਾਈਮ ਆ ਜਾਂਦਾ ਨਾ ਵੀ ਆਪਣੇ ਤੋਂ ਕੋਈ ਸਿੱਖ ਰਿਹਾ ਗਾ, ਕਦੇ ਇਹ ਹੁੰਦਾ ਕਿ ਸ਼ਾਇਦ ਆਪਾਂ ਉਹਨਾਂ ਦੇ ਨਾਲ ਤੁਰਨਾ, ਉਦੋਂ ਉਹਨਾਂ ਨੇ ਸਾਥ ਨਹੀਂ ਸੀ ਦਿੱਤਾ, ਹੈ ਨਾ। ਬਿਲਕੁਲ। ਔਰ ਇੰਨਾ ਇੰਨੇ ਘੱਟ ਟਾਈਮ 'ਤੇ ਇਸ, ਮਤਲਬ ਮੈਨੂੰ ਨਾ ਬੜਾ ਆਏ ਜੀ ਅੰਦਰੋਂ ਨਹੀਂ ਹੁੰਦਾ ਕਿ ਇੱਕ ਫੀਲ ਕਿ ਵਾਕਈ ਐਗਜੈਕਟਲੀ ਕੁਛ ਕਰਿਆ, ਹੈ ਨਾ। ਔਰ ਵੀਰੇ ਉਸ ਤੋਂ ਬਾਅਦ ਫਿਰ ਲਾਈਕ ਅੱਛਾ ਚੱਲ ਰਿਹਾ ਸੀ ਕੰਪੀਟੀਸ਼ਨ ਦੇ ਹਿਸਾਬ ਨਾਲ, ਹੈ ਨਾ, ਫਿਰ ਟਰਨਿੰਗ ਕਿੱਦਾਂ ਆਇਆ, ਡਿਸੀਜਨ ਕਿੱਦਾਂ ਲਿਆ ਕਿ ਤੁਸੀਂ ਜਿਹੜਾ ਓਵਰਸੀਜ਼? ਹਾਂਜੀ, ਉਹਦੇ ਤੋਂ ਬਾਅਦ ਇੱਕ ਜਦੋਂ ਜੀ ਪਲੱਸ 2 ਤੋਂ ਬਾਅਦ ਮੈਂ, ਮਤਲਬ 2 ਸਾਲ ਦਾ ਮੇਰਾ ਗੈਪ ਹੈ ਜੀ, 1996 ਤੋਂ ਲੈ ਕੇ 98 ਤੱਕ ਦਾ ਜੀ। ਉਹਦਾ ਗੈਪ ਦਾ ਕਾਰਨ ਕੀ ਸੀ, ਇੱਕ ਪੜ੍ਹਾਈ ਪੱਖੋਂ ਅਸੀਂ ਮਾੜੇ ਸੀ, ਇੰਗਲਿਸ਼ ਬੜੀ ਮਾੜੀ ਸੀਗੀ, ਹੈ ਨਾ, ਸਾਰਾ ਕੁਛ, ਮਤਲਬ ਕੋਈ ਧਿਆਨ ਨਹੀਂ ਦਿੱਤਾ। ਬਿਲਕੁਲ ਜੀ। ਧਿਆਨ ਦੇਣ ਦੀ ਕੋਸ਼ਿਸ਼ ਕਰਦੇ, ਵੈਸੇ ਦਿਮਾਗ ਨਹੀਂ ਸੀ ਚੱਲਦਾ, ਕੁਦਰਤੀ, ਹਰ ਇੱਕ ਦਾ ਆਪਣਾ ਟੈਲੈਂਟ ਹੁੰਦਾ ਕਿ ਆਪਾਂ ਕੋਸ਼ਿਸ਼ ਕਰਦੇ ਹਾਂ ਪਰ ਉਹ ਚੀਜ਼ ਨਹੀਂ ਹੋ ਪਾਉਂਦੀ। ਹਾਂਜੀ, ਕੈਪੈਸਿਟੀ ਹੁੰਦੀ ਹੈ, ਕਿਉਂਕਿ ਘੋਟ ਕੇ ਤਾਂ ਕਿਸੇ ਨੇ ਪਾ ਨਹੀਂ ਦੇਣਾ। ਬਿਲਕੁਲ। ਅਤੇ BA ਫਸਟ ਈਅਰ 'ਚ ਫਾਦਰ ਸਾਹਿਬ ਨੂੰ ਪੁੱਛਿਆ ਕਿ ਐਡਮਿਸ਼ਨ ਦਾ ਹਾਲਾਤ, ਮੈਂ ਉਹੀ ਦੱਸਿਆ ਕਿ ਸਾਡੇ ਠੀਕ ਨਹੀਂ ਸੀਗੇ ਅਤੇ 8000 ਫੀਸ ਸੀਗੀ ਉਸ ਟਾਈਮ ਦੀ। ਅਤੇ ਉਹ ਕਹਿੰਦੇ ਵੀ ਮੇਰੇ ਕੋਲ ਹੋਣਾ ਨਹੀਂ। ਟਰਾਈ ਕੀਤੀ ਉਹਨਾਂ ਨੇ ਬਹੁਤ, ਕਿਉਂਕਿ ਸਾਡੇ ਫਾਦਰ ਸਾਹਿਬ ਕਰਨੈਲ ਸਿੰਘ ਉਹ ਚਾਹੁੰਦੇ ਸੀਗੇ ਕਿ ਮੈਂ ਪੜ੍ਹਾਂ, ਕਿ ਮੈਂ ਅੱਗੇ ਲੰਘਾਂ, ਕਿਉਂਕਿ ਉਹ ਬੜਾ ਪੜ੍ਹੇ ਲਿਖੇ ਸੀਗੇ। ਅਤੇ ਪਰ ਉਹ 2 ਸਾਲ ਤਾਂ ਮੈਂ ਗੈਪ ਇਸੇ ਕਰਕੇ ਪਾਇਆ ਕਿ ਉਹ ਫੀਸ ਲਈ ਪੈਸੇ ਨਹੀਂ ਸੀਗੇ। ਉਹਦੇ ਵਿੱਚ ਫਿਰ ਜਦੋਂ ਮੈਂ ਇਹ ਡਿਸਟ੍ਰਿਕਟ ਦੇ ਕੰਪੀਟੀਸ਼ਨ ਤੋਂ ਜਿੱਤੇ, ਮੇਰੀ ਥੋੜ੍ਹੀ ਜਿਹੀ ਆਲੇ ਦੁਆਲੇ ਨਾਮ ਹੋ ਗਿਆ ਜੀ, ਅਤੇ ਭਾਜੀ ਦੀ ਕਾਫ਼ੀ ਸਪੋਰਟ ਰਹੀ। ਫਿਰ ਮੈਨੂੰ ਭਾਜੀ ਨੇ ਕਿਹਾ, ਸਾਡੇ ਗੁਰਿੰਦਰਜੀਤ ਸਿੰਘ ਬਾਂਸਲ ਮੇਰੇ ਜਿਹੜੇ ਕੋਚ ਸੀ, ਉਹਨਾਂ ਨੇ ਕਿਹਾ, ਕਹਿੰਦੇ ਹੁਣ ਤੇਰੀ ਬੋਡੀ ਠੀਕ ਹੋ ਗਈ, ਤੈਨੂੰ ਕਾਲਜ 'ਚ ਐਡਮਿਸ਼ਨ ਲੈਣੀ ਚਾਹੀਦੀ ਆ, ਸਪੋਰਟਸ ਕੋਟੇ 'ਚ ਤੈਨੂੰ ਐਡਮਿਸ਼ਨ ਮਿਲ ਜਾਣੀ ਆ। ਬਿਲਕੁਲ। 500 ਲੱਗੂ, 500 ਤੇਰਾ ਪੂਰੀ ਪੜ੍ਹਾਈ ਤੇਰੀ ਹੋਈ। ਮੈਂ ਕਿਹਾ ਭਾਜੀ ਹੋ ਸਕਦਾ ਇੱਦਾਂ? ਕਹਿੰਦੇ ਹੋ ਸਕਦਾ। ਬਿਲਕੁਲ। ਕਹਿੰਦੇ ਤੂੰ ਜਾ, ਲਖਵਿੰਦਰ ਹੈਗਾ ਉੱਥੇ ਤੁਹਾਡੇ, ਉਹ ਮੇਰੇ ਕੋਲ ਆਉਂਦਾ, ਉਹ ਕੋਚ ਹੈ, ਉਹ ਤੁਹਾਨੂੰ। ਮੈਂ ਗਿਆ ਅਤੇ ਮੈਂ ਫੀਸ ਭਰੀ, ਉਹਨਾਂ ਨੇ ਫੀਸ ਭਰਾ ਲਈ ਅਤੇ ਕਹਿੰਦੇ ਜੇ ਤੇਰੀ ਪਲੇਸ ਪੈ ਗਈ ਯੂਨੀਵਰਸਿਟੀ 'ਚੋਂ ਤਾਂ ਤੇਰੀ ਫੀਸ ਮਾਫ਼ ਹੋਏਗੀ, ਅਦਰਵਾਈਜ਼ ਤੈਨੂੰ ਐਂਡ ਆਫ ਦਾ ਡੇ ਤੈਨੂੰ 8000 ਦੇਣਾ ਪਊ। ਉਸੇ ਡਰ ਨਾਲ ਮੈਂ ਪੜ੍ਹਿਆ ਵੀ ਬਹੁਤ ਅਤੇ ਮੈਂ ਵਰਜਿਸ਼ ਵੀ ਬਹੁਤ ਕੀਤੀ ਜੀ। ਅਤੇ ਸਾਡੇ, ਅਸੀਂ 8 ਮੁੰਡੇ ਗਏ ਸੀਗੇ ਕਾਲਜ 'ਚੋਂ, 8 'ਚੋਂ ਨਾ ਸਾਡੇ ਕੈਪਟਨ ਦੀ ਪਲੇਸ ਪਈ ਹੈ, ਨਾ ਹੋਰ ਕਿਸੇ, ਸਿਰਫ ਮੇਰੀ 3rd ਪਲੇਸ ਪਈ ਸੀਗੀ ਅਤੇ ਮੇਰੀ ਫੀਸ ਵੀ ਮਾਫ਼ ਹੋਈ ਜੀ। ਅਤੇ ਮੈਂ BA 'ਚੋਂ ਕਲੀਅਰ ਪਾਸ ਵੀ ਹੋ ਗਿਆ ਫਸਟ ਈਅਰ 'ਚੋਂ। ਅਤੇ ਫਿਰ ਉਸ ਤੋਂ ਬਾਅਦ ਜੀ ਯੂਨੀਵਰਸਿਟੀ ਮੈਂ 3 ਸਾਲ ਗੋਲਡ ਮੈਡਲ ਲਗਾਤਾਰ ਜੀ, BA ਸੈਕਿੰਡ ਈਅਰ, BA ਫਾਈਨਲ, MA ਫਸਟ ਈਅਰ ਜੀ, MA ਫਸਟ ਈਅਰ ਫਰੋਮ ਖਾਲਸਾ ਕਾਲਜ ਤੋਂ ਕੀਤੀ ਸੀ। ਅਤੇ ਉਹ ਵੀ ਸਾਰੀ ਪੜ੍ਹਾਈ ਮੈਂ ਜਿੰਨੀ ਡਬਲ MA ਕੀਤੀ ਆ ਜੀ, ਹਜ਼ਾਰ ਰੁਪਈਏ ਦੇ ਵਿੱਚ ਪੂਰੀ ਪੜ੍ਹਾਈ ਕੀਤੀ ਆ। ਅਤੇ ਬਾਕੀ ਪਲੇਸਾਂ ਵੀ ਮਾਰੀਆਂ ਅਤੇ ਸਾਰਾ ਕੁਛ ਕੀਤਾ ਜੀ। ਅਤੇ
ਉਸ ਤੋਂ ਬਾਅਦ ਫਿਰ ਜਿੰਮ ਦਾ ਵੀ ਵਧੀਆ ਸੀਗਾ, ਫਿਰ ਮੈਂ ਅਪਲਾਈ ਕੀਤਾ ਜੀ ਆਪਣੇ PAP ਦੇ ਵਿੱਚ ਅਪਲਾਈ ਕੀਤਾ ਜੀ। ਉਹਦੇ ਵਿੱਚ ਮੇਰੇ ਕੋਲ ਡਬਲ MA ਸੀ, ਮੇਰੇ ਕੋਲ ਗੋਲਡ ਮੈਡਲ ਸੀ ਯੂਨੀਵਰਸਿਟੀ ਦਾ, ਸਾਰਾ ਕੁਛ ਸੀਗਾ। ਅਤੇ ਜਿਹੜੇ ਵੀ ਔਫਿਸਰ ਨਾਲ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਜਿਹਨਾਂ ਨੇ ਮੇਰੀ ਇੰਟਰਵਿਊ ਲਈ, ਇਟ ਵਾਜ਼ ਸੋ ਰੂਡ ਇੰਟਰਵਿਊ, ਉਹਨਾਂ ਦੇ ਪੈਰ ਟੇਬਲ ਦੇ ਉੱਤੇ ਸੀ ਜਦੋਂ ਮੇਰੀ ਇੰਟਰਵਿਊ ਲਈ ਜੀ। ਉਹਨਾਂ ਦੀ ਵਰਡਿੰਗ ਸੀ, ਹਾਂ ਵੀ ਕਿੱਧਰ ਮੂੰਹ ਚੁੱਕਿਆ ਜਦੋਂ ਮੈਂ ਅੰਦਰ ਆਇਆ ਜੀ। ਮੈਂ ਕਿਹਾ ਸਰ ਵੀ ਇੱਦਾਂ ਦਾ ਇੰਟਰਵਿਊ ਆ, ਫਾਈਲ ਮੇਰੀ ਦੇਖ ਕੇ ਕਹਿੰਦੇ ਕੀ ਰੱਦੀ ਚੁੱਕੀ ਘੁੰਮਦਾ, ਇੱਦਾਂ ਮਾਰੀ ਸੀ ਭਗਾ ਕੇ। ਮਤਲਬ ਮੈਨੂੰ ਰਿਜੈਕਟ ਕਰਕੇ ਕੋਈ ਹੋਰ ਬੰਦਾ ਰੱਖ ਲਿਆ ਸੀਗਾ ਜਿਹੜਾ ਕਿ ਉਹ ਕੈਪੇਬਲ ਨਹੀਂ ਸੀਗਾ। ਉਸ ਤੋਂ ਬਾਅਦ ਮੈਂ ਡਿਪਰੈਸ਼ਨ 'ਚ ਰਿਹਾ ਜੀ ਆਪਣੇ 4 ਸਾਲ, 4 ਸਾਲ ਮੈਂ ਡਿਪਰੈਸ਼ਨ ਚਲ ਗਿਆ। ਮੈਂ ਬੋਡੀ ਬਿਲਡਿੰਗ ਛੱਡਤੀ, ਸਭ ਕੁਛ ਛੱਡਤਾ ਜੀ, ਸਭ ਕੁਛ। ਬੰਸ ਅਗੇਨ ਮੈਂ 55 ਕਿਲੋ 'ਤੇ ਆ ਗਿਆ ਸੀਗਾ, 50-55 ਦੇ ਗੇਟ। ਬੰਸ ਅਗੇਨ, ਇੰਨਾ ਗੇਨ ਕਰਨ ਤੋਂ ਬਾਅਦ ਜਦੋਂ ਕੁਛ ਨਹੀਂ ਬਣਦਾ ਐਗਜੈਕਟਲੀ, ਆਪਾਂ ਸੋਚ ਰਹੇ ਹਾਂ 4 ਸਾਲ ਮੈਂ ਡਿਪਰੈਸ਼ਨ 'ਚ ਰਿਹਾ ਜੀ। ਲੋਕ ਸਮਝਦੇ, ਸਾਡੇ ਪਿੰਡ ਦੇ ਮੁੰਡੇ ਵੀ ਮੈਨੂੰ ਟਿੱਚਰਾਂ ਕਰਨ ਲੱਗ ਪਏ ਸੀ ਵੀ ਪਤਾ ਨਹੀਂ ਕਿਹੜੇ ਕੰਮਾਂ 'ਚ ਪੈ ਗਿਆ, ਪਤਾ ਨਹੀਂ ਕੁੜੀਆਂ ਦੇ ਕੰਮਾਂ 'ਚ ਪੈ ਗਿਆ, ਨਸ਼ੇ ਕਰਨ ਲੱਗ ਪਏ। ਪਰ ਮੈਨੂੰ ਪਤਾ ਸੀ, ਮੇਰੇ ਰੱਬ ਨੂੰ ਪਤਾ ਸੀ ਬਿਲਕੁਲ ਕਿਹੜੀ ਹਾਲਤਾਂ 'ਚੋਂ ਨਿਕਲ ਰਹੇ। ਉਦੋਂ ਸਾਨੂੰ ਪਤਾ ਨਹੀਂ ਸੀ ਕਿ ਡਿਪਰੈਸ਼ਨ ਕੀ ਹੁੰਦੀ ਆ, ਪਰ ਜਿਹੜੀ ਹੁਣ ਮੈਨੂੰ ਪਤਾ ਕਿ ਉਹ ਡਿਪਰੈਸ਼ਨ ਸੀ। ਆਪਾਂ ਨੂੰ ਇਹ ਹੁੰਦਾ ਕਿ ਸ਼ਾਇਦ, ਹੈ ਨਾ, ਪਰ ਕਿਉਂਕਿ ਜਿਹੜੀ ਆਪਣੇ ਨਾਲ ਬੀਤਦੀ ਹੈ ਸ਼ਾਇਦ ਅੰਦਰ ਉਹ ਚੀਜ਼ ਖਾ ਜਾਂਦੀ ਹੈ ਆਪਾਂ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਫਿਰ ਵੀਰੇ 4 ਸਾਲ ਤੋਂ ਬਾਅਦ ਜਦੋਂ ਇੱਕ ਨਾ ਇੱਦਾਂ ਦਾ ਸਮਾਂ ਆ ਗਿਆ ਸੀਗਾ ਕਿ ਡਿਪਰੈਸ਼ਨ ਜਾਂ ਕੁਛ ਹੋਰ ਲੱਗ ਨਹੀਂ ਰਿਹਾ ਸੀ ਕੁਛ ਬਣੂਗਾ ਲਾਈਫ ਦਾ, ਹੈ ਨਾ, ਅਤੇ ਫਿਰ ਕਿੱਦਾਂ ਮੂਵ ਹੋਈ ਤੁਸੀਂ ਐਗਜੈਕਟਲੀ? ਫਿਰ 2006 ਦੇ ਵਿੱਚ ਮੈਨੂੰ ਔਫਰ ਆਈ ਜੀ, 2006 ਦੇ ਸਟਾਰਟ ਦੇ ਵਿੱਚ, ਪਠਲਾਵਾ ਜਿੰਮ ਐਜ਼ ਏ ਕੋਚ। ਓਕੇ। ਉਹਨਾਂ ਨੇ ਮੇਰੇ 'ਤੇ ਟਰੱਸਟ ਕੀਤਾ ਕਿ ਨਹੀਂ ਇਹ ਬੰਦੇ ਨੂੰ ਅਸੀਂ ਕੋਚ ਰੱਖਣਾ ਜੀ। ਸੰਤਾਂ ਦਾ ਜਿੰਮ ਸੀਗਾ ਜੀ, ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਅਤੇ ਮੈਂ ਫਿਰ ਦੁਬਾਰਾ ਇੱਕ ਆਪਣੇ ਆਪ ਨੂੰ ਕਰਕੇ ਨਹੀਂ, ਮੈਂ ਦੁਬਾਰਾ ਸਟਾਰਟ ਕਰ, ਐਟਲੀਸਟ ਕੁਛ ਨਾ ਕੁਛ ਕਰ। ਹਾਂਜੀ, 2006 ਦੇ ਵਿੱਚ ਮੈਂ ਦੁਬਾਰਾ ਸਟਾਰਟ ਕੀਤੀ। ਫਿਰ 7 ਮਹੀਨਿਆਂ ਦੇ ਵਿੱਚ ਮੈਂ ਸ਼ਹੀਦ ਭਗਤ ਸਿੰਘ ਚੈਂਪੀਅਨ ਜਿੱਤੀ ਜੀ, ਅਤੇ ਪੰਜਾਬ ਦੇ ਵਿੱਚ ਮੈਂ 3rd place ਲਈ ਸੀ। ਅਤੇ ਉਹਦੇ ਤੋਂ ਬਾਅਦ ਫਿਰ ਫਾਦਰ ਸਾਹਿਬ ਦੀ ਡੈਥ ਹੋ ਗਈ। ਮਤਲਬ ਮੇਰੇ ਲਾਈਫ ਦੇ ਵਿੱਚ ਉਤਰਾਅ ਚੜ੍ਹਾਅ, ਉਤਰਾਅ ਚੜ੍ਹਾਅ, ਉਤਰਾਅ। ਜਦੋਂ ਆਪਾਂ ਨੂੰ ਕੁਛ ਲੱਗਦਾ ਹੈ ਕਿ ਸ਼ਾਇਦ ਹੁਣ ਕੁਛ ਠੀਕ ਹੋ ਰਿਹਾ, ਤਾਂ ਨਾਲ ਦੀ ਨਾਲ ਗੱਲ। ਹਾਂ ਬਿਲਕੁਲ। 2006 'ਚ ਅਪ੍ਰੈਲ, ਫਸਟ ਆਫ ਅਪ੍ਰੈਲ 'ਚ ਮੇਰੇ ਫਾਦਰ ਸਾਹਿਬ ਦਾ ਮੇਰੇ ਅੱਖਾਂ ਦੇ ਸਾਹਮਣੇ ਹੀ ਹਾਰਟ ਅਟੈਕ ਉਹਨਾਂ ਨੂੰ ਹੋਇਆ, ਅਤੇ ਉਹ ਪੂਰੇ ਹੋਏ। ਉਸ ਤੋਂ ਬਾਅਦ ਫਿਰ ਘਰ 'ਚ ਉਹੀ ਮਾਹੌਲ, ਫਿਰ ਮੈਂ ਜਿੰਮ ਛੱਡਤਾ, ਸਾਰਾ ਕੁਛ ਛੱਡਤਾ। ਫਿਰ ਉਸ ਤੋਂ ਬਾਅਦ ਮੈਰਿਜ ਹੋਈ 2006 ਦੀ ਅਕਤੂਬਰ ਦੇ ਵਿੱਚ। ਮੈਰਿਜ ਤੋਂ ਬਾਅਦ ਅਸੀਂ ਸਿੱਧਾ ਹੀ, ਮੈਰਿਜ ਤੋਂ ਪਹਿਲਾਂ ਹੀ ਅਸੀਂ ਗੱਲ ਕਰ ਲਈ ਸੀ ਕਿ ਮੈਂ ਇੱਥੇ ਨਹੀਂ, ਮੈਂ ਬਾਹਰ ਜਾਣਾ, ਕਿਉਂਕਿ ਮੈਂ ਆਲਰੇਡੀ ਮੈਂਟਲੀ, ਹਾਂ, ਕਿਉਂਕਿ ਉਹ ਹਾਲਾਤ ਆਪਾਂ ਨੂੰ ਕਿਸੇ ਚੀਜ਼ ਦੀ ਅਲਾਉ ਨਹੀਂ ਸੀ ਕਰ ਰਹੇ। ਅਤੇ ਉਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਆਏ, ਮੈਂ ਅਤੇ ਕੁਲਦੀਪ। ਅਤੇ ਆਸਟ੍ਰੇਲੀਆ ਆ ਕੇ ਮੈਂ 5 ਸਾਲ ਵੀ ਕੋਈ ਜਿੰਮ ਨਹੀਂ ਕੀਤਾ, ਕੁਛ ਨਹੀਂ, ਜਸਟ ਸਟਰਗਲ ਕੰਮ ਕੀਤਾ, ਅਤੇ ਪਰਿਵਾਰ ਦੀ ਲੁੱਕ ਆਫਟਰ ਕੀਤੀ, ਫੀਸਾਂ ਦਿੱਤੀਆਂ, ਜੋ ਮੇਰੀਆਂ ਰਿਸਪੋਂਸੀਬਿਲਟੀ ਸੀ ਉਹ ਪੂਰੀਆਂ ਕੀਤੀਆਂ। ਜਿਹੜੀ ਮੈਂ ਆਪਣੀ ਗੇਮ ਹੈ ਉਹ ਮੈਂ ਦੁਬਾਰਾ 2011 'ਚ ਆਸਟ੍ਰੇਲੀਆ 2011 'ਚ ਸਟਾਰਟ ਕੀਤੀ। ਔਰ ਆਸਟ੍ਰੇਲੀਆ ਦੇ ਵਿੱਚ ਪਹਿਲਾ ਸਟੈਪ ਅਪ ਜਾਂ ਕੋਈ ਅਚੀਵਮੈਂਟਸ ਦੇ ਬਾਰੇ, ਹੁਣ ਤਾਂ ਕਿਉਂਕਿ ਲਿਸਟ ਬਹੁਤ ਲੰਬੀ ਹੈ, ਪਰ ਫਿਰ ਵੀ ਮੈਂ ਇੱਕ ਇੱਕ ਕਰਕੇ ਜਾਣਨਾ ਚਾਹੂੰਗਾ। ਹਾਂਜੀ, ਆਸਟ੍ਰੇਲੀਆ ਦੇ ਵਿੱਚ ਜੀ 2011 ਦੇ ਵਿੱਚ ਮੈਂ ਸਟਾਰਟ ਕਰੀ ਜੀ ਦੁਬਾਰਾ ਬੋਡੀ ਬਿਲਡਿੰਗ, ਆਪਣਾ ਜਿੰਮ ਜਾਣਾ ਸਟਾਰਟ ਕਰਿਆ ਜੀ। 2 ਅਪ੍ਰੈਲ ਦੇ ਵਿੱਚ ਕੰਪੀਟੀਸ਼ਨ ਸੀਗਾ ਮਿਸਟਰ ਵਿਕਟੋਰੀਆ ਦਾ, ਕੰਪੀਟੀਸ਼ਨ ਕੀਤਾ 2011 ਦੇ ਵਿੱਚ, ਨਹੀਂ 2012 'ਚ ਕੰਪੀਟੀਸ਼ਨ, 7 ਮਹੀਨੇ ਲਾ ਕੇ ਦੁਬਾਰਾ ਜੀ। ਉਹ ਵੀ ਵਿੱਚ ਜਨੂੰਨ, ਆਪਣੇ ਦਿਮਾਗ 'ਚ ਨਾ ਜਨੂੰਨ ਬਿਠਾਲ ਕੇ ਉਹ ਕੀਤਾ ਸਟਾਰਟ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਆਪਣੇ ਅੰਦਰ ਉਹ ਹੈ, ਪਰ ਹੁਣ ਹਾਂਜੀ ਸ਼ਾਇਦ ਪੋਲਿਸ਼ ਕਰ ਲਈ। ਮੈਨੂੰ ਇਹ ਵੀ ਕਿਸੇ ਨੇ, ਮੇਰੇ ਯਾਰ ਦੋਸਤ ਨੇ ਫੈਕਟਰੀ 'ਚ ਗਿਆ, ਕਹਿੰਦਾ ਯਾਰ ਕਿੱਥੇ ਤੂੰ ਗੋਰਿਆਂ 'ਚ ਲੱਗਾ ਕਰਨ, ਤੂੰ ਇਹ ਇੰਡੀਆ ਦੇ ਭੁੱਲ ਜਾ ਜਿਹੜੀ ਤੂੰ ਗੇਮ ਕੀਤੀ ਸੀ, ਇੱਥੇ ਤੂੰ ਨਹੀਂ। ਮੈਂ ਐਗਜੈਕਟਲੀ ਇਹੀ ਕਹਿਣਾ ਚਾਹੁੰਦਾ ਸੀ, ਕਿਉਂਕਿ ਉੱਥੇ ਦਾ ਮਾਹੌਲ ਚਲੋ ਕੁਛ ਹੋਰ ਸੀ, ਆਪਣੇ ਆਪ ਲਾਈਫ ਨਾਲ ਢਾਲ ਲੈਂਦੇ ਸੀ, ਪਰ ਇੱਥੇ ਦਾ ਚਾਹੇ ਕੋਈ ਵੀ ਫੀਲਡ ਹੋਵੇ ਸਿਸਟਮ ਉਹਨਾਂ ਦਾ ਹੁੰਦਾ।
ਬਿਲਕੁਲ ਜੀ ਬਿਲਕੁਲ ਬਿਲਕੁਲ ਕੁਛ ਨਹੀਂ ਸੀ ਮੈਨੂੰ ਪਤਾ, ਮੈਨੂੰ ਪਿਆ ਸੀ ਕਿ ਇਸ ਤਰੀਕ ਨੂੰ ਕੰਪੀਟੀਸ਼ਨ, ਆਪਣਾ ਐਕਸਪੀਰੀਅੰਸ ਸੀ, ਸਟੇਜ ਦਾ ਐਕਸਪੀਰੀਅੰਸ ਸੀ, ਆਪਾਂ ਨੂੰ ਪਤਾ ਸੀਗਾ, ਕਿਸੇ ਤੋਂ ਮੈਂ ਕੋਚਿੰਗ ਨਹੀਂ ਲਈ, ਕਿਸੇ ਤੋਂ ਕੁਛ ਨਹੀਂ ਪੁੱਛਿਆ, ਮੈਂ ਕੰਪੀਟੀਸ਼ਨ ਕੀਤਾ ਅਤੇ ਜਿੱਤ ਗਿਆ। ਉਹਦੇ ਤੋਂ ਬਾਅਦ ਮੈਨੂੰ ਕੁਛ ਨਹੀਂ ਸੀ ਪਤਾ, ਮੈਨੂੰ ਫੇਸਬੁੱਕ ਤੱਕ ਦਾ ਨਹੀਂ ਸੀ ਪਤਾ ਕੀ ਹੁੰਦੀ ਹੈ ਕੀ ਨਹੀਂ ਹੁੰਦੀ। ਅਤੇ ਮੇਰੀ ਇੰਟਰਵਿਊ ਹੋਈ, ਪਹਿਲੀ ਇੰਟਰਵਿਊ ਉਹ ਵੀ ਇੱਦਾਂ ਹੋਈ, ਗੁਰਤੇਜ ਸਿੰਘ ਸਮਰਾ ਕੌਮੀ ਆਵਾਜ਼ ਰੇਡੀ ਦੇ ਵਿੱਚ ਕੰਮ ਕਰਦੇ, ਉਹ ਸਾਡੇ ਘਰ ਆਏ ਅਤੇ ਮੇਰੀ ਪਹਿਲੀ ਟਰੋਫੀ ਆ ਪਈ ਹੈ ਜੀ ਉੱਪਰ। ਉਹਨਾਂ ਨੇ ਟਰੋਫੀ ਦੇਖੀ, ਉਹ ਕਹਿੰਦੇ ਭਾਅ ਜੀ ਇਹ ਟਰੋਫੀ ਪਹਿਲਾਂ ਨਹੀਂ ਸੀ, ਹੁਣ ਕਿੱਦਾਂ ਆਈ ਇੱਥੇ? ਮੈਂ ਕਿਹਾ ਮੈਂ ਮਿਸਟਰ ਵਿਕਟੋਰੀਆ ਦਾ ਕੰਪਨੀ, ਮੈਂ ਜਿੱਤਿਆ, ਹਫ਼ਤਾ ਹੋ ਗਿਆ ਸੀ ਉਦੋਂ ਗੱਲ ਜੀ। ਕਹਿੰਦੇ ਤੁਸੀਂ ਤਾਂ ਭਾਅ ਜੀ ਐਂ ਦੱਸ ਰਹੇ ਜਿੱਦਾਂ ਤੁਸੀਂ ਨੋਰਮਲ ਗੱਲ। ਮੈਂ ਕਿਹਾ ਭਾਅ ਜੀ ਮੇਰੇ ਦਿਮਾਗ ਸੀ ਕਰਨਾ, ਮੈਂ ਕਰ ਲਿਆ, ਜਿੱਤ ਗਿਆ ਤਾਂ ਮੈਂ ਜਿੱਤ ਗਿਆ, ਮੇਰਾ ਹੁਣ ਮੇਰਾ ਕੁਛ ਨਹੀਂ ਹੈ, ਕਿਉਂਕਿ ਬਹੁਤ ਮਹਿੰਗੀ ਗੇਮ ਹੈ, ਮੈਂ ਆਪਣੀ ਇਸ ਗਾਂ ਨਹੀਂ ਜਾ ਸਕਦਾ ਜੀ। ਬਿਲਕੁਲ। ਉਹ ਕਹਿੰਦਾ ਭਾਅ ਜੀ ਰੇਡੀਓ 'ਤੇ ਆਓ, ਭਾਅ ਜੀ ਨੇ ਕਿਹਾ ਵੀ ਮੈਂ ਇੰਟਰਵਿਊ ਲਊਂਗਾ, ਭਾਅ ਜੀ ਨੇ ਇੰਟਰਵਿਊ ਲਈ ਅਤੇ ਉਹਦੇ ਤੋਂ ਬਾਅਦ ਇੰਟਰਵਿਊ ਤੋਂ ਬਾਅਦ ਹੋਰ ਪਾਸਿਓਂ ਹਰਮਨ ਰੇਡੀਓ ਤੋਂ ਆਈ, ਰੇਡੀਓ ਸਪਾਈਸੀ ਨਿਊਜ਼ੀਲੈਂਡ ਤੋਂ ਆਈ, ਕੰਟੈਕਟ ਬਣਨ ਲੱਗ ਪਏ, ਫਿਰ ਉਹਨਾਂ ਨੇ ਗਾਈਡ ਕੀਤਾ ਫੇਸਬੁੱਕ ਬਣਾਓ, ਫਿਰ ਉਹ ਜਿਹੜੀ ਆਪਣੇ ਫਿਰ ਕਮਿਊਨਿਟੀ ਦੀ ਮੈਨੂੰ ਸਪੋਰਟ ਮਿਲਣੀ ਸ਼ੁਰੂ ਹੋ ਗਈ ਜੀ। ਹੱਲਾ ਸ਼ੇਰੀ ਭਾਅ ਜੀ ਬਹੁਤ ਵਧੀਆ, ਵੈਲ ਡਨ, ਮੈਨੂੰ ਲੱਗਾ ਨਹੀਂ ਕੰਮ ਇੱਥੇ ਰੁਕਣ ਵਾਲੀ ਗੱਲ ਨਹੀਂ ਹੈ, ਹੁਣ ਤੈਨੂੰ ਗਾਂਹ ਵਧਣ ਵਾਲੀ ਗੱਲ ਹੈ। ਫਿਰ ਮੈਂ ਵਧਿਆ, ਪਰ ਮੇਰਾ ਕੰਮ ਇੰਨਾ ਔਖਾ ਸੀ ਭਾਅ ਜੀ, ਮੈਂ ਮੀਟ ਫੈਕਟਰੀ ਦੇ ਵਿੱਚ ਕੰਮ ਕੀਤਾ ਐਜ਼ ਏ ਸਲਾਈਸਰ, ਬਹੁਤ ਔਖਾ ਸੀ, 50-50 ਕਿਲੋ ਦਾ ਸੀ ਚੁੱਕ ਕੇ ਪੀਸ ਰੱਖਣਾ ਜਾਂ ਇੱਦਾਂ, ਤਾਂ ਬੜਾ ਔਖਾ ਕੰਮ ਸੀ। ਜਦੋਂ ਅਸੀਂ ਮੁੜ ਕੇ ਆਉਂਦੇ ਸੀਗੇ ਤਾਂ ਸਾਡੇ ਗੁੱਟ ਬਾਹਾਂ ਸਾਰਾ ਕੈਪੈਸਿਟੀ ਨਹੀਂ ਹੁੰਦੀ ਕੁਝ ਕਰ ਪਾਈਏ। ਹਾਂਜੀ। ਮੇਰੀ ਮਿਸਿਜ ਨੇ ਵੀ ਕਿਹਾ ਵੀ ਤੂੰ 10 ਘੰਟੇ ਉੱਥੇ ਲੱਗ ਜਾਣਾ, ਤੂੰ 3 ਘੰਟੇ ਜਿੰਮ ਚਲਾਉਣਾ, ਤੇਰੇ ਕੋਲ ਨਹੀਂ, ਤੂੰ ਨਹੀਂ ਸਰਵਾਈਵ ਕਰ ਸਕਦਾ। ਫਿਰ ਜਿਹੜਾ ਮੇਰਾ ਟਰਨਿੰਗ ਪੁਆਇੰਟ ਹੋਇਆ ਜੀ, ਐਕਚੁਅਲ 'ਚ ਟਰਨਿੰਗ ਪੁਆਇੰਟ, ਮੈਂ ਘਰੋਂ ਇੱਕ ਦਿਨ ਤੁਰਿਆ, ਗੱਡੀ 'ਚ ਬੈਠਾ, ਘਰੋਂ ਮੈਂ ਕੰਮ 'ਤੇ ਜਾ ਰਿਹਾ ਸਵੇਰੇ 4 ਵਜੇ, ਮੈਂ ਸੋਚਦਾ ਆਪਣੇ ਆਪਣੇ ਗੱਲਾਂ ਕਰਦਾ ਜਾ ਰਿਹਾ ਵੀ ਕਿੱਥੇ ਫਸਿਆ ਤੂੰ, ਜੇ ਇੱਥੇ ਮੀਟ ਫੈਕਟਰੀ 'ਚ ਕੰਮ ਕਰੀ ਗਿਆ, ਤੂੰ ਸਾਰੀ ਜ਼ਿੰਦਗੀ ਮੀਟ ਫੈਕਟਰੀ 'ਚ ਕੰਮ ਕਰਨਾ, ਤੂੰ ਕੁਛ ਕਰ ਸਕਦਾ, ਨਿਕਲ ਇੱਥੋਂ। ਮੈਂ ਕੰਮ 'ਤੇ ਨਹੀਂ ਗਿਆ, ਮੈਂ HR ਆਫਿਸ ਗਿਆ ਅਤੇ ਮੈਂ ਉਹਨਾਂ ਨੂੰ ਆਪਣਾ ਰਿਜ਼ਾਈਨ ਦੇ ਦਿੱਤਾ। ਪਰਮਾਨੈਂਟ ਜੋਬ ਸੀ ਮੇਰੀ, ਉਹ ਸੋਹਣੇ ਪੈਸੇ ਸੀਗੇ, ਸਾਰਾ ਕੁਛ ਵਧੀਆ, ਮੈਂ ਰਿਜ਼ਾਈਨ ਦਿੱਤਾ। ਉਹ ਹੈਰਾਨ ਕੇ ਕਹਿੰਦੀ 5 ਸਾਲ ਹੋ ਗਏ ਤੈਨੂੰ ਸਾਡੇ ਕੋਲ, ਕੋਈ ਤੇਰੀ ਕਿੰਨੀ ਵਧੀਆ ਤਰ੍ਹਾਂ ਦਿੱਤਾ। ਮੈਂ ਕਿਹਾ ਰਿਜ਼ਾਈਨ? ਕਹਿੰਦੀ ਤੂੰ ਇੱਕ ਹੋਰ ਜੋਬ ਲੱਗ ਗਈ। ਮੈਂ ਕਿਹਾ ਮੈਨੂੰ ਵੀ ਨਹੀਂ ਪਤਾ ਮੈਂ ਕੀ ਕਰਨਾ, ਮੈਂ ਕਿਹਾ ਮੈਨੂੰ ਨਹੀਂ ਪਤਾ। ਅਤੇ ਮੈਂ ਰਿਜ਼ਾਈਨ ਦੇ ਕੇ ਘਰ ਆ ਗਿਆ, ਕੁਲਦੀਪ ਕਹਿੰਦੀ ਕੀ ਹੋਇਆ? ਮੈਂ ਕਿਹਾ ਮੈਂ ਰਿਜ਼ਾਈਨ ਦੇ ਆਇਆ। ਇਹ ਕਹਿੰਦੀ ਤੂੰ ਇਕੱਲਾ ਬੰਦਾ ਜਿਹੜਾ ਘਰ ਕਮਾ ਰਿਹਾ, ਸੋ ਅਸੀਂ ਵੀ ਨਹੀਂ ਕੰਮ ਕਰਦੇ, ਛੋਟੇ ਬੱਚੇ ਆ, ਬੇਟਾ ਮੇਰਾ ਹਜੇ 8-9 ਮਹੀਨਿਆਂ ਦਾ ਸੀਗਾ, ਅਤੇ ਅਸੀਂ ਕਿੱਥੇ ਜਾਵਾਂਗੇ? ਅਕਾਊਂਟ ਦੇ ਵਿੱਚ $3500 ਸੀਗਾ ਜੀ ਉਦੋਂ, ਅਤੇ ਮੇਰੀ 1 ਮਹੀਨੇ ਦੀ ਐਨੂਅਲ ਲੀਵ ਪਈ ਸੀ, ਅਤੇ ਹਫ਼ਤੇ ਦੀਆਂ ਸਿਕ ਲੀਵਸ ਪਈ ਹੋਈਆਂ ਸੀ। ਦੈਟਸ ਆਹ ਮੇਰੇ ਕੋਲ ਐਗਜ਼ੈਕਟਲੀ ਬੈਲੈਂਸ ਸੀ। ਇੰਡੀਆ ਤੋਂ ਮੈਂ ਮੰਗਾ ਨਹੀਂ ਸਕਦਾ ਸੀ, ਕਿਉਂਕਿ ਉਹ ਇੰਡੀਆ ਦੇ ਥੋੜ੍ਹਾ ਡਿਫਰੈਂਟ ਸੀਗਾ ਨਾ ਜੀ, ਪਰ ਉਮੀਦ ਸੀਗੀ, ਇੱਥੇ ਸੀਗਾ ਕੁਛ ਜਨੂੰਨ ਸੀਗਾ। ਅਤੇ ਮੈਂ ਫਿਰ ਮੈਂ ਮਾਇੰਡ ਰਲਾਇਆ ਕਿ ਕੌਣ ਬੰਦਾ ਮੇਰੀ ਹੈਲਪ ਕਰ ਸਕਦਾ, ਕੌਣ ਕੀ, ਮੈਂ ਕਿਹਾ ਮੈਂ ਉੱਥੇ ਨਹੀਂ ਜਾਣਾ, ਮੈਂ ਕੋਈ ਨਾ ਕੋਈ ਜਿੰਮ ਨਾਲ ਰਿਲੇਟਡ ਕੰਮ ਸਟਾਰਟ ਕਰਾਂ, ਪਰਸਨਲ ਟ੍ਰੇਨਿੰਗ ਕਰ ਲਾਂ, ਸਪਲੀਮੈਂਟ ਦਾ ਕਰ ਲਾਂ, ਕੁਛ ਨਾ ਕੁਛ ਕਰੂੰਗਾ। ਮੈਂ ਇਸ ਰੀਅਲ ਸਟੇਟ ਉਹਨਾਂ ਦਾ ਮੈਂ ਦਿਲੋਂ ਧੰਨਵਾਦੀ ਹਾਂ ਜੀ, ਸੁਮਿਤ ਮਿਗਲਾਨੀ ਭਾਅ ਜੀ ਅਤੇ ਅਮਿਤ ਸ਼ਰਮਾ ਜੀ। ਮੈਂ ਭਾਅ ਜੀ ਨੂੰ ਕਾਲ ਕੀਤੀ, ਮੈਂ ਕਿਹਾ ਭਾਅ ਜੀ ਮਦਦ ਚਾਹੀਦੀ ਹੈ ਮੈਨੂੰ, ਮੈਂ ਕਦੇ ਪੁੱਛਿਆ ਨਹੀਂ, ਪਰ ਮੈਨੂੰ ਪਤਾ ਨਹੀਂ ਵੀ ਹੋਊ, ਅਤੇ ਮੈਂ ਕਿਹਾ ਮੈਂ ਸਪਲੀਮੈਂਟ ਸਟੋਰ ਖੋਲ੍ਹਣਾ, ਮੈਨੂੰ $25,000-$30,000 ਚਾਹੀਦਾ। ਭਾਅ ਜੀ ਮੈਨੂੰ ਜਾਣਦੇ ਸ਼ੁਰੂ ਤੋਂ, ਮੈਂ ਉਹਨਾਂ ਦੇ ਨਾਲ ਦੇ ਘਰ ਰਹਿੰਦਾ ਹੁੰਦਾ ਸੀ, ਉਹਨਾਂ ਨੂੰ ਪਤਾ ਵੀ ਬੰਦਾ ਮਿਹਨਤੀ ਜਾਂ ਕੁਛ ਕਰ ਸਕਦਾ। ਭਾਅ ਜੀ ਕਹਿੰਦੇ ਤੂੰ ਆ ਜਾ, ਮੈਂ ਆਫਿਸ ਮਿਲੇ ਕੰਮ ਸਟਾਰਟ, ਕਹਿੰਦੇ ਕਰਦੇ, ਮਤਲਬ ਮੇਰੇ ਲਈ, ਮੈਂ ਕਿਹਾ ਮੈਂ ਤਾਂ ਵੈਸੇ ਪੁੱਛੋ, ਕਹਿੰਦੇ ਕੰਮ ਸਟਾਰਟ ਕਰਦੇ। ਬਿਲਕੁਲ।
ਕੰਮ ਸਟਾਰਟ ਕੀਤਾ, ਭਾਅ ਜੀ ਨੇ ਬਹੁਤ ਹੈਲਪ ਕੀਤੀ, ਉਹਨਾਂ ਨੇ 30,000 ਮੈਨੂੰ ਕੈਸ਼ ਦਿੱਤਾ ਜੀ, ਤੂੰ ਕੰਮ ਸਟਾਰਟ ਕਰ, ਅਸੀਂ ਤੇਰੇ ਪਿੱਛੇ ਖੜੇ ਜੀ, ਤੇ ਗਾਂ ਵੀ ਤੁਹਾਨੂੰ ਲੋੜ ਪੈਂਦੀ ਆ ਜੀ, ਬੁਝਾ ਰਿਹਾ। 30,000 ਦੇ ਵਿੱਚ ਵੀ ਭਾਅ ਜੀ ਏਦਾਂ ਨਹੀਂ ਸੀ ਕਿ ਆਪਾਂ ਬਹੁਤ ਵੱਡਾ ਸਪਲੀਮੈਂਟ ਸਟੋਰ ਖੋਲ੍ਹ ਦਾਂਗੇ, ਸਿਰਫ 2 ਸ਼ੈਲਫਾਂ ਸੀਗੀਆਂ ਤੇ ਇੱਕ ਛੋਟੀ ਜਿਹੀ ਦੁਕਾਨ, ਦੁਕਾਨ ਅਸੀਂ ਉੱਥੇ ਲੱਭੀ ਸੀ ਕਿ ਜਿੱਥੇ 700 ਰੈਂਟ ਸੀ, ਵੈਰੀ ਡੈਡ ਮਾਰਕੀਟ ਸੀ। ਦੁਕਾਨ ਲੱਭਣ ਦਾ ਰੀਜ਼ਨ ਉਹ ਸੀ, ਮੈਂ ਕਿਹਾ ਮੈਂ ਪਹਿਚਾਣ ਆਪਣੀ ਆਪ ਬਣਾਊਂਗਾ, ਠੀਕ ਹੈ ਹੁਣ ਸਟਾਰਟਿੰਗ ਦੇ ਵਿੱਚ ਅਸੀਂ ਵੱਡਾ ਰੈਂਟ ਅਫੋਰਡ ਨਹੀਂ ਕਰ ਸਕਦੇ, ਤੇ ਉੱਥੋਂ ਅਸੀਂ ਸਟਾਰਟ ਕਰਿਆ ਕਾਮਾ ਬੋਡੀ ਬੂਸਟਰ, ਪਹਿਲਾ ਸਟੋਰ ਲੈਵਰਟਨ, ਲਾਂਡਰੀ ਦੇ ਨਾਲ ਦੁਕਾਨ ਹੁੰਦੀ ਸੀ, $700 ਦਾ ਰੈਂਟ ਹੁੰਦਾ ਸੀ, ਤੇ ਅਸੀਂ ਮੈਂ ਟਰਾਈ ਕੀਤਾ ਮੁੰਡਿਆਂ ਨੂੰ ਡਾਇਟ ਪਲਾਨ ਫ੍ਰੀ ਬਣਾ ਕੇ ਦੇਣੇ, ਐਕਸਰਸਾਈਜ਼ ਦਾ ਦੱਸਣਾ, ਉਹ ਹਜੇ ਵੀ ਦੇ ਰਹੇ ਹਾਂ ਆਪਾਂ, ਹਜੇ ਵੀ ਕੋਈ ਇੱਦਾਂ ਨਹੀਂ, ਹਜੇ ਵੀ ਦੇ ਰਹੇ ਹਾਂ, ਅਤੇ ਜਿੰਨਾ ਜਿੰਨਾ ਆਪਣੇ ਕੋਲ ਜ਼ੋਰ ਲੱਗਿਆ ਕੀਤਾ, ਅਤੇ ਉਹੀ ਆਪਣੀ ਕਮਿਊਨਿਟੀ ਦੀ ਸਪੋਰਟ ਰਹੀ ਆ, ਜਿਹੜਾ ਮੈਂ ਮਿਸਟਰ ਵਿਕਟੋਰੀਆ ਬਣਿਆ ਉਹ ਚੀਜ਼ ਦੀ ਸਪੋਰਟ ਰਹੀ ਆ, ਅਤੇ ਇੱਕ ਸਾਡਾ ਜਿਹੜਾ ਜਿੱਦਾਂ ਆਪਾਂ ਕਹਿੰਦੇ ਓਨੈਸਟੀ ਇਜ਼ ਦਾ ਬੈਸਟ ਪੋਲਿਸੀ, ਉਹ ਚੀਜ਼ ਦੀ ਵੀ ਠੀਕ ਰਹੀ ਆ, ਓਨੈਸਟ ਰਹੇ ਹਾਂ, ਸਟਾਰਟ ਥੋੜ੍ਹੇ ਤੋਂ ਕੀਤਾ, ਅਤੇ ਸਾਨੂੰ ਹਜੇ ਭਾਅ ਜੀ 2012 ਦੇ ਅਸੀਂ ਲਾਸਟ ਵਿੱਚ ਸਟਾਰਟ ਕਰਿਆ ਸੀਗਾ, ਅਤੇ ਹੁਣ 2017 ਦੇ ਵਿੱਚ ਅਸੀਂ ਪੈਰ ਧਰਤਾ, ਹੁਣ 3 ਸਾਡੇ ਸਪਲੀਮੈਂਟ ਸਟੋਰ ਆ, ਇੱਕ 24/7 ਸਾਡਾ ਜਿੰਮ ਹੈ, ਅਤੇ ਬਾਕੀ ਸੁੱਖ ਨਾਲ ਘਰ ਵੀ ਆਪਣਾ ਲਿਆ, ਥੋੜ੍ਹੇ ਬਹੁਤੇ ਸ਼ੌਂਕ ਵੀ ਪੂਰੇ ਕੀਤੇ ਆ, ਅਤੇ ਜੋ ਵੀ ਕੀਤਾ 3-4 ਸਾਲ ਦੇ ਵਿੱਚ ਕੀਤਾ, ਪਰ ਇਹ ਸਾਰਾ ਕ੍ਰੈਡਿਟ ਮੈਂ ਦੇਣਾ ਚਾਹੁੰਦਾ ਸੁਮਿਤ ਮਗਲਾਨੀ ਅਤੇ ਅਮਿਤ ਸ਼ਰਮਾ ਭਾਅ ਜੀ, ਉਹਨਾਂ ਨੂੰ ਕ੍ਰੈਡਿਟ ਜਾਊਗਾ, ਅਤੇ ਬਾਕੀ ਸਾਡੇ ਸਪੋਰਟਰ ਹੈ ਜਿਹੜੀ ਸਾਡੀ ਕਮਿਊਨਿਟੀ ਆ ਜਿਹੜੀ ਹਮੇਸ਼ਾ ਸਾਡੇ ਨਾਲ ਖੜੀ ਆ, ਮੇਰੀ ਸਪੋਰਟ ਆ ਪੂਰੀ, ਉਹਨਾਂ ਨੂੰ ਦੇਣਾ ਚਾਹੁੰਦਾ ਜੀ। ਬਿਲਕੁਲ, ਔਰ ਕਿਹਾ ਜਾਂਦਾ ਨਾ, ਮੈਨੂੰ ਇੱਕੋ ਹੀ ਗੱਲ ਜਿਹੜੀ ਹੈ ਯਾਦ ਆ ਰਹੀ ਹੈ, ਕਹਿੰਦੇ ਮਿਹਨਤ ਨੂੰ ਫਲ ਲੱਗਦੇ ਆ, ਮਿਹਨਤ ਕਰਨੀ ਚਾਹੀਦੀ ਆ, ਉਤਾਰ ਅਤੇ ਚੜ੍ਹਾਅ ਜਿਹੜੇ ਨੇ ਉਹ ਜ਼ਿੰਦਗੀ ਦਾ ਇੱਕ ਹਿੱਸਾ ਹੁੰਦੇ ਨੇ, ਕਿਉਂਕਿ ਤੁਹਾਡੇ ਜਿਹੜੀ ਹੈ ਜ਼ਿੰਦਗੀ ਦੇ ਬਾਰੇ ਜਾਣਨ ਤੋਂ ਬਾਅਦ ਮੈਨੂੰ ਲੱਗਿਆ ਕਿ ਇੱਕ ਵਾਰ ਤਾਂ ਇੱਦਾਂ ਲੱਗਦਾ ਸੀ ਕਿ ਛੱਡ ਯਾਰ ਕੁਛ ਨਹੀਂ ਕਰਨਾ, ਕੁਛ ਕੁ ਮੂਵਮੈਂਟ ਜਦੋਂ ਤੁਸੀਂ ਦੱਸ ਰਹੇ ਸੀ ਮੈਨੂੰ ਲੱਗਿਆ ਕਿ ਜੇ ਸ਼ਾਇਦ ਮੈਂ ਹੁੰਦਾ ਜਾਂ ਕੋਈ ਹੋਰ ਹੁੰਦਾ ਕਹਿੰਦਾ ਛੱਡ ਯਾਰ ਕੁਛ ਹੋਰ ਨਹੀਂ ਕਰਨਾ, ਪਰ ਇੱਕ ਜਨੂੰਨ ਅਤੇ ਮਿਹਨਤ ਜਿਹੜੀ ਆ ਉਹ ਜਾਰੀ ਆ, ਅਤੇ ਸ਼ਾਇਦ ਤਾਂ ਹੀ ਮੰਜ਼ਿਲ ਮਿਲਦੀ ਹੈ। ਜੇ ਭਾਅ ਜੀ ਮੈਂ ਉਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਹੁੰਦਾ, ਮੈਂ ਮਿਸਟਰ ਵਿਕਟੋਰੀਆ ਜਿੱਤ ਸਕਦਾ ਸੀ, ਮਿਸਟਰ ਆਸਟ੍ਰੇਲੀਆ ਜਿੱਤ ਸਕਦਾ ਸੀ ਜੀ, ਮੈਂ ਆਸਟ੍ਰੇਲੀਆ ਤੋਂ ਬਾਹਰ ਨਹੀਂ ਜਾ ਸਕਦਾ ਸੀ, ਮੇਰੇ ਪੈਸਾ ਮੇਰੀ ਉਹ ਜੇਬ ਅਫੋਰਡ ਨਹੀਂ ਕਰ ਸਕਦੀ। ਬਿਲਕੁਲ ਜੀ, ਉਹ ਭਾਅ ਜੀ ਦੇ ਉਹਨਾਂ ਦੇ ਹੈਲਪ ਦੇ ਨਾਲ ਜਿਹੜਾ ਮੈਂ ਬਿਜ਼ਨਸ ਸਟਾਰਟ ਕਰਿਆ ਅਤੇ ਸਾਡਾ ਬਿਜ਼ਨਸ ਵਧਿਆ ਜੀ, ਉਹਦੇ ਤੋਂ ਬਾਅਦ ਮੈਂ ਦੁਬਾਰਾ ਮਿਸਟਰ ਵਿਕਟੋਰੀਆ ਜਿੱਤਿਆ ਅਤੇ ਉਹ ਤੋਂ ਬਾਅਦ ਆਸਟ੍ਰੇਲੀਆ ਜਿੱਤਿਆ ਜੀ, ਅਤੇ ਅੱਜ ਦੀ ਡੇਟ 'ਚ ਮੈਂ ਬਰੀਫਲੀ ਐਕਸਪਲੇਨ ਕਰਨਾ ਚਾਹੂੰਗਾ ਕਿ 3 ਵਾਰ ਮਿਸਟਰ ਵਿਕਟੋਰੀਆ, 2 ਵਾਰ ਮਿਸਟਰ ਆਸਟ੍ਰੇਲੀਆ, ਮਿਸਟਰ ਸਾਊਦਰਨ ਹੈਮਸਫੇਅਰ, ਮਿਸਟਰ ਇੰਟਰਨੈਸ਼ਨਲ, ਅਤੇ 2 ਵਾਰ ਆਸਟ੍ਰੇਲੀਆ ਨੂੰ ਰੀਪ੍ਰਜੈਂਟ ਕੀਤਾ ਜੀ, ਫਸਟ ਇੰਡੀਅਨ ਆਸਟ੍ਰੇਲੀਅਨ, ਇਟਲੀ ਦੇ ਵਿੱਚ ਯੂਰੋਪੀਅਨ ਚੈਂਪੀਅਨਸ਼ਿਪ ਦੇ ਵਿੱਚ ਸੈਕਿੰਡ ਰਨਰ ਅਪ ਰਹੇ ਜੀ, ਅਤੇ ਵਰਲਡ ਚੈਂਪੀਅਨਸ਼ਿਪ ਖੇਡੀ ਹੈ ਜੀ ਆਇਰਲੈਂਡ ਦੇ ਵਿੱਚ, ਅਤੇ ਉਹਦੇ ਤੋਂ ਬਾਅਦ ਜਿਹੜੀ ਗਤੀਵਿਧੀਆਂ ਦੇਖਦੇ ਜਿਹੜੀ ਵਰਲਡ ਬੋਡੀ ਬਿਲਡਿੰਗ ਫੈਡਰੇਸ਼ਨ ਹੈ ਉਹਨਾਂ ਨੇ ਐਜ਼ ਏ ਜੱਜ ਮੈਨੂੰ ਸਾਈਨ ਕੀਤਾ, ਸਟੇਟ ਜੱਜ ਸਾਈਨ ਕੀਤਾ ਸੀ, ਉਸ ਜੱਜਿੰਗ ਤੋਂ ਬਾਅਦ ਉਹਨਾਂ ਨੇ ਨੈਸ਼ਨਲ ਜੱਜਮੈਂਟ ਅਤੇ ਹੁਣ ਇੰਟਰਨੈਸ਼ਨਲ ਜੱਜਮੈਂਟ ਦੇ ਵਿੱਚ ਉਹਨਾਂ ਨੇ ਮੈਨੂੰ ਲਿਆ, ਅਤੇ ਜਿਹੜਾ ਪਿਛਲੀ ਵਾਰ ਦਾ ਮਿਸਟਰ ਯੂਨੀਵਰਸ ਹੋਇਆ ਜੀ ਉਹਦੇ ਵਿੱਚ ਆਈ ਵਾਜ਼ ਦਾ ਫਸਟ ਇੰਡੀਅਨ ਹੂ ਸਿਟ ਫਸਟ ਟਾਈਮ ਇਨ ਅ ਯੂਨੀਵਰਸ ਕੰਪੀਟੀਸ਼ਨ, ਅੱਜ ਤੱਕ ਉਸ ਕੰਪੀਟੀਸ਼ਨ ਦੇ ਵਿੱਚ ਐਜ਼ ਇਨ ਅ ਜੱਜਿੰਗ ਪੈਨਲ ਕੋਈ ਵੀ ਆਪਣਾ ਇੰਡੀਅਨ ਨਹੀਂ, ਬਹੁਤ ਮੈਨੂੰ ਵਧੀਆ ਲੱਗਿਆ, ਬਹੁਤ ਪ੍ਰਾਊਡ ਫੀਲ ਹੋਇਆ, ਪਰ ਇਹ ਸਾਰਾ ਕੁਛ ਆਪਣੇ ਭਾਈਚਾਰੇ ਦੀਆਂ ਦੁਆਵਾਂ ਆ, ਬਿਲਕੁਲ ਸਪੋਰਟ ਹੈ, ਅਤੇ ਜਿਹੜੇ ਚਾਹੁੰਦੇ ਆ ਅਤੇ ਜਿਨ੍ਹਾਂ ਨੇ ਮੇਰੇ ਉਹ 2 ਸ਼ਖਸੀਅਤਾਂ ਮੈਂ ਨਾਲ ਲਿਆ ਉਹਨਾਂ ਦੀ ਮਦਦ ਕੀਤੀ, ਅਤੇ ਮੇਰਾ ਪਰਿਵਾਰ ਜਿਹੜਾ ਮੇਰੇ ਹਰ ਸਮੇਂ ਨਾਲ ਖੜਾ ਜੀ, ਬਿਲਕੁਲ, ਜਿਹੜੇ ਮੇਰੇ ਖਾਣ ਪੀਣ ਦਾ ਸਾਰਾ ਮੇਰੀ ਮਿਸਿਸ ਕੁਲਦੀਪ, ਈਵਨ ਮਦਰ ਵੀ, ਅਤੇ ਉਹ ਖਿਆਲ ਰੱਖਦੇ ਆ, ਉਹਨਾਂ ਨੇ ਆਪਣੇ ਸੈਕਰੀਫਾਈਸ ਕਰਕੇ ਉਹਨਾਂ ਨੇ ਮੈਨੂੰ ਡਿਵੈਲਪ ਕਰਿਆ, ਅਤੇ ਮੈਂ ਇਹਨਾਂ ਦਾ, ਸਾਰੀ ਕਮਿਊਨਿਟੀ ਦਾ ਅਤੇ ਸਪੈਸ਼ਲ ਮੀਡੀਆ ਦਾ ਜੀ, ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਮੀਡੀਆ ਕਰਕੇ ਅੱਜ ਬਿਲਕੁਲ ਹੋਏ ਆ, ਬਿਲਕੁਲ, ਅਤੇ ਮੈਂ ਸਭ ਦਾ ਰਿਣੀ ਧੰਨਵਾਦੀ ਹਾਂ ਕਿ ਜਿਹਨਾਂ ਨੇ ਮੈਨੂੰ ਇੱਥੇ ਤੱਕ ਲਿਆਂਦਾ, ਅਤੇ ਸਾਡੇ ਹਜੇ ਸਾਡਾ ਜਿਹੜੀ ਜਰਨੀ ਖਤਮ ਨਹੀਂ ਹੋਈ, ਹਜੇ
ਕਾਫੀ ਬਿਲਕੁਲ ਜੀ ਮਤਲਬ ਮੈਂ ਰੁਕਣ ਵਾਲਾ ਨਹੀਂ ਬਿਲਕੁਲ ਅਜੇ ਕਾਫੀ ਅੱਗੇ ਜਾਣਾ ਤੇ ਸਾਨੂੰ ਸਪੋਰਟ ਚਾਹੀਦੀ ਆ ਪਿਆਰ ਚਾਹੀਦਾ ਦੁਆਵਾਂ ਚਾਹੀਦੀਆਂ ਬਿਲਕੁਲ ਜੀ ਤੇ ਵੱਧਦੇ ਰਵਾਂਗੇ ਔਰ ਲਾਸਟ ਬਟ ਨਾਟ ਦ ਲੀਸਟ ਮੇਰਾ ਸਵਾਲ ਹੈ ਤੁਹਾਡੇ ਲਈ ਕਿ ਜਨਰੇਸ਼ਨ ਜਿਹੜੀ ਅੱਜ ਦੀ ਹੈ ਕਿ ਕਿਸ ਪਾਸੇ ਵੱਲ ਤੁਰੀ ਜਾਂਦੀ ਹੈ ਜਾਂ ਕਈ ਵਾਰ ਪ੍ਰੋਬਲਮ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਫੈਡ ਅਪ ਹੋ ਜਾਂਦੇ ਆ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਆ ਉਹਨਾਂ ਨੂੰ ਤੁਸੀਂ ਕਿਉਂਕਿ ਬੱਚੇ ਨਾ ਫੈਸਿਲਿਟੀ ਜ਼ਿਆਦਾ ਨੇ ਔਰ ਮੈਚਿਓਰ ਘੱਟ ਨੇ ਹਨਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਐਗਜੈਕਟਲੀ ਮੈਂ ਕਹਿਣਾ ਚਾਹੂੰਗਾ ਦੇਖੋ ਮੈਂ ਇਹ ਪੜਾਅ ਚੋਂ ਨਿਕਲ ਚੁੱਕਾ ਸਾਰੇ ਪੜਾਅ ਦੇਖ ਚੁੱਕੇ ਹਾਂ ਗਰੀਬੀ ਦੇਖੀ ਆ ਡਿਪਰੈਸ਼ਨ ਦੇਖੀ ਆ ਤਾਨੇ ਦੇਖੇ ਆ ਮਿਹਣੇ ਦੇਖੇ ਸਭ ਕੁਛ ਦੇਖਿਆ ਜੀ ਮੈਂ ਐਂਡ ਆਫ ਦਾ ਡੇ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਈਵਨ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਤੁਹਾਡਾ ਟਾਰਗੇਟ ਤੁਹਾਡੇ ਮਜ਼ਬੂਤ ਹੋਣੇ ਚਾਹੀਦੇ ਆ ਹੌਂਸਲੇ ਬੁਲੰਦ ਹੋਣੇ ਚਾਹੀਦੇ ਆ ਰਸਤਾ ਸਹੀ ਹੋਣਾ ਚਾਹੀਦਾ ਤੇ ਰਸਤਾ ਸੁੱਚਾ ਤੇ ਸੱਚਾ ਹੋਣਾ ਚਾਹੀਦਾ ਬਿਲਕੁਲ ਜੀ ਕੀ ਬਾਤ ਹੈ ਸ਼ਾਰਟਕੱਟ ਕਿਸੇ ਵੀ ਚੀਜ਼ ਦਾ ਮਾੜਾ ਆ ਪੈਸੇ ਕਮਾਉਣ ਦਾ ਹੋਵੇ ਸਕਸੈਸ ਕਮਾਉਣ ਦਾ ਹੋਵੇ ਕਿਸੇ ਵੀ ਮੁਕਾਮ ਤੇ ਪਹੁੰਚਣ ਦਾ ਹੋਵੇ ਸ਼ਾਰਟਕੱਟ ਮੀਨਸ ਸ਼ਾਰਟਕੱਟ ਅੱਜ ਕੱਲ੍ਹ ਬੋਡੀ ਬਿਲਡਿੰਗ 'ਚ ਕਾਫੀ ਖੇਡਾਂ ਦੇ ਵਿੱਚ ਬਹੁਤ ਸ਼ਾਰਟਕੱਟ ਚੱਲਦੇ ਪਏ ਆ ਸਾਰੇ ਪਾਸੇ ਸ਼ਾਰਟਕੱਟ ਆ ਸ਼ਾਰਟਕੱਟ ਤੋਂ ਪਰੇ ਰਹੋ ਦਿਲ ਲਾ ਕੇ ਆਪਣਾ ਮਾਨ ਲਾ ਕੇ ਮਿਹਨਤ ਕਰੋ ਇੱਕ ਟਾਰਗੇਟ ਫਿਕਸ ਕਰੋ ਟਾਰਗੇਟ ਹੋਏਗਾ ਤੁਸੀਂ ਟਾਰਗੇਟ ਤੱਕ ਪਹੁੰਚ ਸਕੋਗੇ ਬਿਲਕੁਲ ਜੀ ਖਾਲੀ ਬਾਣ 'ਚ ਬੰਦਾ ਭੱਜ ਜਿੰਨਾ ਮਰਜ਼ੀ ਭੱਜ ਲੈ 2 ਕਦਮ 3 ਕਦਮ 1 ਕਿਲੋਮੀਟਰ ਭੱਜੂਗਾ ਤੇ ਥੱਕ ਜਾਊਗਾ ਟਾਰਗੇਟ ਆਪਣੇ ਮਿੱਥੋਂ ਛੋਟੇ ਛੋਟੇ ਟਾਰਗੇਟ ਬਣਾਓ 1 ਸਾਲ ਦਾ ਇੱਕ ਟਾਰਗੇਟ ਰੱਖੋ ਦੂਜੇ ਸਾਲ ਦਾ ਦੂਜਾ ਟਾਰਗੇਟ ਰੱਖੋ ਟਾਰਗੇਟ ਰੱਖੋਗੇ ਤਾਂ ਅਚੀਵ ਹੋਊਗੇ ਜੇ ਟਾਰਗੇਟ ਨਹੀਂ ਆ ਤੁਹਾਡੇ ਕੋਲ ਤਾਂ ਅਚੀਵ ਨਹੀਂ ਪਰ ਉਹ ਟਾਰਗੇਟ ਤੱਕ ਪਹੁੰਚਣ ਦੇ ਲਈ ਹੌਂਸਲੇ ਬੁਲੰਦ ਸੱਚਾ ਸੁੱਚਾ ਰਸਤਾ ਤੇ ਚੰਗੀ ਸ਼ਖਸੀਅਤ ਬਿਲਕੁਲ ਤੇ ਚੰਗੀ ਸੋਚ ਹੋਣੀ ਚਾਹੀਦੀ ਆ ਇਹੀ ਮੇਰਾ ਬਿਲਕੁਲ ਜੀ ਇਹ ਸੀ ਗੱਲਬਾਤ ਕਮਲਦੀਪ ਜੀ ਦੇ ਨਾਲ ਕਾਮਾ ਜੀ ਨਾਲ ਮਿਲਦੇ ਆ ਅਗਲੇ ਐਪੀਸੋਡ ਦੇ ਵਿੱਚ ਇਸੇ ਹੀ ਤਰ੍ਹਾਂ ਗੱਲਬਾਤ ਦੇ ਸਿਲਸਿਲੇ ਨੂੰ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ